ਹੁਣ 2 ਸਾਲ ਹੋ ਗਏ ਨੇ ਜੇ ਆਪਾਂ 1 ਸਾਲ ਹੋਰ ਇਸ ਤਰ੍ਹਾਂ ਚੱਲਦਾ ਰਹਿੰਦਾ ਤਾਂ ਕਈ ਬੱਚਿਆਂ ਦੀ ਗ੍ਰੈਜੂਏਸ਼ਨ ਪੂਰੀ ਹੋ ਜਾਣੀ ਹੈ ਕਿ ਇਹ ਜੋ ਐਜੂਕੇਸ਼ਨ ਹੈ ਚਾਹੇ ਪਾਰਟ 1 ਦੀ ਹੈ ਚਾਹੇ ਪਲੱਸ 1 ਦੀ ਹੈ ਚਾਹੇ ਪਲੱਸ 2 ਦੀ ਹੈ ਸਭ ਤੋਂ ਪ੍ਰਾਇੋਰਟੀ ਗਵਰਨਮੈਂਟ ਨੂੰ ਇਸ ਚੀਜ਼ ਤੇ ਦੇਣੀ ਚਾਹੀਦੀ ਸੀ ਹੈਲਥ ਦੇ ਨਾਲ ਨਾਲ ਤਾਂ ਕਿ ਇਗਜ਼ਾਮ ਹਰ ਹਾਲਤ ਦੇ ਵਿੱਚ ਕਰਵਾਏ ਜਾ ਸਕਣ ਨੋ ਡਾਊਟ ਸੇਫਟੀ ਬਹੁਤ ਜ਼ਰੂਰੀ ਹੈ ਕੋਈ ਵੀ ਪੇਰੈਂਟ ਰਿਸਕ ਨਹੀਂ ਲੈਣਾ ਚਾਹੁੰਦਾ ਮੇਰੇ ਵੀ ਬੱਚਾ ਹੈ ਮੈਂ ਵੀ ਨਹੀਂ ਰਿਸਕ ਲੈਣਾ ਚਾਹੁੰਦਾ ਚਾਹੇ ਉਹ ਆਨਲਾਈਨ ਪੇਪਰ ਹੀ ਹੋ ਜਾਂਦੇ ਕੋਰੋਨਾ ਦੀ ਗੱਲ ਕਰੀਏ ਤਾਂ ਦੇਸ਼ 'ਚ ਇਸੇ ਅਜੀਤ ਦੀ ਹੈ ਖਬਰ ਦੇਸ਼ 'ਚ ਕਰੋਨਾ ਕਾਰਨ ਮੌਤਾਂ ਦੀ ਗਿਣਤੀ 3 ਲੱਖ ਤੋਂ ਪਾਰ ਇਹ ਦੇਖੋ ਦੋਵੇਂ ਖਾਲਸਤਾਨੀ ਕਹਿੰਦੇ ਟਾਈਗਰ ਫੋਰਸ ਮੁਖੀ ਦੀਆਂ ਹਦਾਇਤਾਂ ਤੇ ਜਨਵਰੀ ਵਿੱਚ ਫਲੋਰ ਦੇ ਪੁਜਾਰੀ ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਸਨ ਕੀ ਕਹਿਣਾ ਸਰ ਮੈਂ ਤੁਹਾਡਾ ਧਿਆਨ ਲਿਜਾਣਾ ਚਾਹਾਂਗਾ ਸਰੋਤਿਆਂ ਦਾ ਵੀ ਜੇ ਸਪੋਕਸਮੈਨ ਅਖਬਾਰ ਆਉਂਦਾ ਤੁਸੀਂ ਇਹ ਬੱਚਿਆਂ ਦੀਆਂ ਫੋਟੋਆਂ ਦੇਖੋ ਜੀ ਇਹਨਾਂ ਦੀ ਉਮਰ ਦਾ ਅੰਦਾਜ਼ਾ ਲਗਾਓ ਕੀ ਹੋਵੇਗਾ ਬਿਲਕੁਲ ਇਹਨਾਂ ਨੂੰ ਕਿੰਨੀ ਕਿ ਸਮਝ ਹੋਏਗੀ ਕਈਆਂ ਦੇ ਤਾਂ ਹਜੇ ਦਾੜੀ ਵੀ ਪੂਰੀ ਨਹੀਂ ਆਈ ਮੁੱਛ ਪੂਰੀ ਨਹੀਂ ਆਈ ਸੱਚੇ ਕਾਲ ਦੋਸਤੋ ਮੈਂ ਸੁਮਿੰਦਰ ਸਿੰਘ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਆਂ ਜਿਸ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਆਂ ਉੱਥੇ ਹਰ ਪਲ ਇੱਕ ਨਵੀਂ ਖਬਰ ਜਨਮ ਲੈਂਦੀ ਹੈ ਖਬਰਾਂ ਦੇ ਉੱਤੇ ਅਸੀਂ ਕਈ ਵਾਰੀ ਸਾਰੇ ਜਾ ਕੇ ਬੈਠ ਕੇ ਚਰਚਾ ਕਰਦੇ ਆਂ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਇਹ ਦੇਖਦੇ ਆ ਵੀ ਇਹ ਖਬਰ ਕਿਉਂ ਕਟੀ ਇਹਦੇ ਪਿੱਛੇ ਕੀ ਕਾਰਨ ਸੀ ਕੀ ਹੋਇਆ ਤੇ ਕੀ ਹੋਣਾ ਚਾਹੀਦਾ ਸੀ ਬੜੇ ਇਸ ਤਰ੍ਹਾਂ ਦੇ ਮਸਲੇ ਹੁੰਦੇ ਜਿਨ੍ਹਾਂ ਤੇ ਅਸੀਂ ਗੱਲਬਾਤ ਕਰਦੇ ਆ ਅੱਜ ਅਸੀਂ ਬੈਠੇ ਆ ਸਾਡੇ ਸਟੂਡੀਓ ਦੇ ਵਿੱਚ ਸਾਡੇ ਮਹਿਮਾਨ ਨੇ ਜਿਨ੍ਹਾਂ ਨਾਲ ਆਪਾਂ ਇਹਨਾਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਈ ਸਕੂਲ ਦੇ ਐਮ ਡੀ ਸਰਦਾਰ ਰੁਪਿੰਦਰ ਸਿੰਘ ਸਰਸੂਆ ਸਰਸੂਆ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸੁਮਿੰਦਰ ਜੀ ਮੈਂ ਰੁਪਿੰਦਰ ਸਿੰਘ ਸਰਸੂਆ ਈ ਸਕੂਲ ਐਮ ਡੀ ਅ ਗੱਲ ਖਬਰਾਂ ਦੀ ਕੀਤੀ। ਖਬਰਾਂ ਦੇਖੋ ਅਲੱਗ-ਅਲੱਗ ਅਖਬਾਰਾਂ ਦੇ ਵਿੱਚ ਅਲੱਗ-ਅਲੱਗ ਖਬਰਾਂ ਹੁੰਦੀਆਂ। ਜੀ ਸਰ ਜੇ ਆਪਾਂ ਗੱਲ ਕਰੀਏ ਅੱਜ ਤਰੀਕ ਹੈਗੀ ਹੈ ਜੀ 24 ਮਈ ਤੇ ਅਜੀਤ ਅਖਬਾਰ ਦੀ ਜਿਹੜੀ ਸੁਰਖੀ ਹੈ ਕਿਉਂਕਿ ਅੱਜਕੱਲ ਦੇਖੋ ਬੱਚੇ ਜਿਹੜੇ ਨੇ ਸਟੱਡੀ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਸਟੱਡੀ ਦੇ ਵਿੱਚ ਇਹ ਹੋ ਰਿਹਾ ਕਿ ਬੱਚੇ ਪਲੱਸ 2 ਦੇ ਖਾਸ ਕਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੇ ਪੇਪਰ ਹੋਣੇ ਆ ਨਹੀਂ ਹੋਣੇ ਕਦੋਂ ਹੋਣੇ ਆ ਉਹ ਕਿਸ ਤਰੀਕੇ ਨਾਲ ਕਿਉਂਕਿ ਉਹ ਪੜ੍ਹਦੇ ਜਾ ਰਹੇ ਆ। ਕਈ ਵਾਰੀ ਕੀ ਹੁੰਦਾ ਵੀ ਜਦੋਂ ਬੱਚਾ ਬਹੁਤ ਜ਼ਿਆਦਾ ਡਿਲੇ ਹੋ ਜਾਂਦਾ ਨਾ ਤਾਂ ਬੋਰ ਹੋ ਜਾਂਦਾ ਉਹ ਫਿਰ ਇਹ ਸੋਚਣ ਲੱਗ ਪੈਂਦਾ ਵੀ ਮੈਂ ਪੜਾਂ ਪਤਾ ਨਹੀਂ ਮੇਰਾ ਪੇਪਰ ਕਦੋਂ ਹੋਣਾ ਕਦੋਂ ਨਹੀਂ ਹੋਣਾ ਉਸੇ ਤਰੀਕੇ ਨਾਲ ਇਹ ਅਖਬਾਰ ਦੇ ਵਿੱਚ ਅਜੀਤ ਦੇ ਪਹਿਲੇ ਸਫੇ ਤੇ ਖਬਰ ਹੈ CBSE 12ਵੀਂ ਦੀਆਂ ਪ੍ਰੀਖਿਆਵਾਂ ਬਾਰੇ ਫੈਸਲਾ ਪਹਿਲੇ ਨੂੰ ਲਿਆ ਜਾਏਗਾ ਇਹ ਬੜੇ ਦਿਨਾਂ ਤੋਂ ਇਦਾਂ ਹੀ ਚੱਲਦਾ ਆ ਰਿਹਾ ਕਦੀ ਸੋਚਦੇ ਨੇ ਕੱਲ ਲਾਵਾਂਗੇ ਐਨੀ ਤਰੀਕ ਨੂੰ ਲਾਵਾਂਗੇ ਇਹ ਕੀ ਕਾਰਨ ਕੀ ਹੋ ਸਕਦਾ ਸ਼ਿਮੇਂਦਰ ਜੀ ਇੱਕ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਕਿ ਜੋ ਬੱਚਿਆਂ ਦੀ ਪ੍ਰੈਪਰੇਸ਼ਨ ਹੈ ਦੇ ਕਿਉਂਕਿ ਮੈਂ ਇਸ ਲਾਈਨ ਦੇ ਨਾਲ ਜੁੜਿਆ ਹੋਇਆ ਮੈਂ 12 ਸਾਲ ਤੋਂ ਉੱਪਰ ਦਾ ਮੈਨੂੰ ਟਾਈਮ ਹੋ ਗਿਆ ਹੈ ਬੱਚਿਆਂ ਨੂੰ ਪੜਾਉਂਦਿਆਂ ਨੂੰ ਤਾਂ ਉਸ ਤੇ ਬੜਾ ਫਰਕ ਪੈਂਦਾ ਹੈ ਕਿਉਂਕਿ ਇੱਕ ਟਾਈਮਿੰਗ ਹੁੰਦੀ ਹੈ ਇੱਕ ਸਿਲੇਬਸ ਹੁੰਦਾ ਫਿਰ ਉਹਦੀ ਰਿਵੀਜ਼ਨ ਹੁੰਦੀ ਹੈ ਜਾਂ ਬੱਚਿਆਂ ਨੇ ਅੱਗੇ ਫਿਊਚਰ ਪਲਾਨ ਕਰਨਾ ਹੁੰਦਾ ਤਾਂ ਗਵਰਨਮੈਂਟ ਹੈ ਜਾਂ ਜੋ ਵੀ ਇਸ ਦੇ ਵਿੱਚ ادارے ਨੇ ਜਾਂ ਬੋਰਡਸ ਨੇ ਉਹਨਾਂ ਨੂੰ ਇਸ ਚੀਜ਼ ਤੇ ਤਵੱਜੋ ਪਹਿਲ ਦੇ ਆਧਾਰ ਤੇ ਦੇਣੀ ਪੈਂਦੀ ਹੈ ਕਿਉਂਕਿ ਆਪਾਂ ਕਈ ਵਾਰੀ ਗੈਰ ਜ਼ਰੂਰੀ ਚੀਜ਼ਾਂ ਪਿੱਛੇ ਕਾਫੀ ਬਠਿੰਡਾ ਦੇ ਵਿੱਚ ਵੀ ਤੇ ਹੋਰ ਚੀਜ਼ ਸ਼ਹਿਰਾਂ ਦੇ ਵਿੱਚ ਵੀ ਇਹ ਚਰਚਾ ਹੋਈ ਸੀ ਕਿ ਤੁਸੀਂ ਠੇਕੇ ਖੋਲ ਰੱਖਿਆ ਸਿਨੇਮੇ ਖੋਲ ਰੱਖਿਆ ਹਾਲਾਂਕਿ ਜਿਸ ਤਰ੍ਹਾਂ ਆਪਣੀ ਹੈਲਥ ਸਿਸਟਮ ਆਪਣੀ ਮੁਲਕ ਦੀ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਜੇ ਮੁਲਕ ਦੀ ਸਿਕਿਉਰਿਟੀ ਨਾ ਹੋਏਗੀ ਤਾਂ ਕੋਈ ਵੀ ਅੰਦਰ ਆ ਸਕਦਾ ਹੈ ਹੈਲਥ ਸਿਸਟਮ ਜੇ ਵਧੀਆ ਨਹੀਂ ਹੋਏਗਾ ਤਾਂ ਦੇਖੋ ਆਪਣਾ ਕਿੰਨਾ ਨੁਕਸਾਨ ਹੋ ਰਿਹਾ ਉਸੇ ਤਰ੍ਹਾਂ ਐਜੂਕੇਸ਼ਨ ਇੱਕ ਆਪਣੇ ਦੇਸ਼ ਦਾ ਭਵਿੱਖ ਹੈ ਇਹਦੇ ਨਾਲ ਹੀ ਆਪਣਾ ਭਵਿੱਖ ਤਿਆਰ ਹੋਣਾ ਹੈ ਹੁਣ 2 ਸਾਲ ਹੋ ਗਏ ਨੇ ਜੇ ਆਪਾਂ 1 ਸਾਲ ਹੋਰ ਇਸ ਤਰ੍ਹਾਂ ਚੱਲਦਾ ਰਹਿੰਦਾ ਤਾਂ ਕਈ ਬੱਚਿਆਂ ਦੀ ਗ੍ਰੈਜੂਏਸ਼ਨ ਪੂਰੀ ਹੋ ਜਾਣੀ ਹੈ ਬਿਲਕੁਲ ਸਿੱਧੀ ਗ੍ਰੈਜੂਏਸ਼ਨ ਹੀ ਹੋ ਜਾਵੇਗੀ ਸਿੱਧੀ ਹੋ ਗਈ ਗ੍ਰੈਜੂਏਸ਼ਨ ਤਾਂ ਆਪਾਂ ਬੱਚਿਆਂ ਨੂੰ ਅਨਪੜ੍ਹ ਵੀ ਨਹੀਂ ਰੱਖ ਸਕਦੇ ਜੀ ਬਿਲਕੁਗ ਆਪਾਂ ਆਪਦੇ ਮੁਲਕ ਨੂੰ ਅੱਗੇ ਅਨਪੜਤਾ ਵੱਲ ਵੀ ਨਹੀਂ ਤੱਕ ਸਕਦੇ ਇੱਕ ਦਿਨ ਦਾ ਗੈਪ ਵੀ ਜੇ ਕੋਈ ਬੰਦਾ ਪ੍ਰੈਕਟਿਸ ਵੀ ਕਰਦਾ ਉਹਦੇ ਗੈਪ ਪੈ ਜੇ ਤਾਂ ਉਹਦਾ ਰਿਦਮ ਬ੍ਰੇਕ ਹੋ ਜਾਂਦਾ ਇਹ ਬੱਚਿਆਂ ਦਾ ਰਿਦਮ ਬਹੁਤ ਬ੍ਰੇਕ ਹੋ ਗਿਆ ਬਿਲਕੁਲ ਪਲੱਸ 1 ਚ ਜੋ ਉਹਨਾਂ ਨੇ ਐਗਜ਼ਾਮੀਨੇਸ਼ਨ ਪ੍ਰੈਸ਼ਰ ਬੀਅਰ ਕਰਨਾ ਸੀ ਆਪਣੇ ਆਪ ਤੇ ਤੇ ਉਹਦੇ ਵਿੱਚੋਂ ਨਿਕਲਣਾ ਸੀ 10th ਦੇ ਬੱਚਿਆਂ ਨੇ ਲਾਸਟ ਇਅਰ ਨਿਕਲਣਾ ਸੀ ਪਲੱਸ 2 ਦੇ ਆਲੇ ਨਿਕਲਣਾ ਸੀ ਉਹ ਪ੍ਰੈਸ਼ਰ ਤਾਂ ਉਹਨਾਂ ਦੇ ਪਿਆ ਨਹੀਂ ਜੀ ਬਿਲਕੁਲ ਕੋਵਿਡ ਦਾ ਸਰਟੀਫਿਕੇਟ ਆਪਾਂ ਦੇ ਦਾਂਗੇ ਪਾਸ ਦਾ ਸਰਟੀਫਿਕੇਟ ਦੇ ਦਾਂਗੇ ਤਾਂ ਜੋ ਉਹਨਾਂ ਨੂੰ ਪ੍ਰੈਕਟੀਕਲ ਐਕਸਪੀਰੀਅੰਸ ਹੋਣਾ ਸੀ ਉਸ ਤੋਂ ਵਾਂਝੇ ਰਹਿ ਜਾਣਗੇ ਮੇਰੀ ਇਹੀ ਅਪੀਲ ਹੈ ਜਾਂ ਮੈਂ ਪਰਸਨਲੀ ਇਹੀ ਚਾਹਣਾ ਕਿ ਇਹ ਜੋ এডਿਕੇਸ਼ਨ ਹੈ ਚਾਹੇ ਪਾਰਟ 1 ਦੀ ਹੈ ਚਾਹੇ ਪਲੱਸ 1 ਦੀ ਹੈ ਚਾਹੇ ਪਲੱਸ 2 ਦੀ ਹੈ ਸਭ ਤੋਂ ਪ੍ਰਾਇੋਰਟੀ ਗਵਰਨਮੈਂਟ ਨੂੰ ਇਸ ਚੀਜ਼ ਤੇ ਦੇਣੀ ਚਾਹੀਦੀ ਸੀ ਹੈਲਥ ਦੇ ਨਾਲ ਨਾਲ ਤਾਂ ਕਿ ਐਗਜ਼ਾਮ ਹਰ ਹਾਲਤ ਦੇ ਵਿੱਚ ਕਰਵਾਏ ਜਾ ਸਕਣ ਨੋ ਡਾਊਟ ਸੇਫਟੀ ਬਹੁਤ ਜ਼ਰੂਰੀ ਹੈ ਕੋਈ ਵੀ ਪੇਰੈਂਟ ਰਿਸਕ ਨਹੀਂ ਲੈਣਾ ਚਾਹੁੰਦਾ ਮੇਰੇ ਵੀ ਬੱਚਾ ਹੈ ਮੈਂ ਵੀ ਨਹੀਂ ਰਿਸਕ ਲੈਣਾ ਚਾਹੁੰਦਾ ਚਾਹੇ ਉਹ ਆਨਲਾਈਨ ਪੇਪਰ ਹੀ ਹੋ ਜਾਂਦੇ ਹੂੰ ਬੱਚਿਆਂ ਦੇ ਘਰੇ ਬੈਠੇ ਦੇ ਹੋ ਜਾਂਦੇ ਚਾਹੇ ਉਹ ਕੋਈ ਜਿਸ ਤਰ੍ਹਾਂ ਵਿਦੇਸ਼ਾਂ ਚ ਸਿਸਟਮ ਚੱਲਦਾ ਕਿ ਇੱਕ ਅਸਾਈਨਮੈਂਟ ਸਬਮਿਟ ਹੋ ਜਾਂਦੀ ਹੈ 20000 ਵਰਡ ਦੀ 10000 ਵਰਡ ਦੀ ਔਰ ਉਹ ਕਿਸੇ ਨਾਲ ਵੀ ਮਿਲਦੀ ਜੁਲਦੀ ਹੋਵੇ ਤਾਂ ਉਸ ਨੂੰ ਉਹ ਕਾਪੀ ਚ ਪਾ ਆਂਦੇ ਆ ਯਾਨਕਿ ਹਰ ਇੱਕ ਬੱਚਾ ਆਪਣੀ ਲਿਖ ਕੇ ਲੈ ਕੇ ਆਉਂਦਾ ਤਾਂ ਕਿ ਉਹ ਬੱਚਾ ਨੂੰ ਕਿਸੇ ਨਾ ਕਿਸੇ ਆਧਾਰ ਤੇ ਚੈੱਕ ਕੀਤਾ ਜਾ ਸਕਦਾ ਨਾ ਕਿ ਆਪਾਂ ਜੋ ਪੁਰਾਣੇ ਉਹਨਾਂ ਦੇ ਨੰਬਰ ਆ ਜਾਂ ਪੁਰਾਣੇ ਇੰਟਰਨਲ ਕੋਈ ਲੱਗੀ ਵੀ ਹੈ ਉਹਦੇ ਬੇਸ ਤੇ ਨੰਬਰ ਲਾ ਦਈਏ ਇਹ ਮੋਸਟ ਇੰਪੋਰਟੈਂਟ ਚੀਜ਼ ਹੈ ਇਹਦੇ ਤੇ ਮਤਲਬ ਆਪਾਂ ਇਹਨੂੰ ਡਿਲੇ ਕਰ ਕਰਕੇ ਬੱਚਿਆਂ ਦਾ ਕਾਫੀ ਨੁਕਸਾਨ ਹੋ ਰਿਹਾ। ਦੇਖੋ ਪਤਾ ਕੀ ਸਰਸੋਬ ਸਾਬ ਇਹਦੇ ਵਿੱਚ ਇਹਨਾਂ ਨੇ ਇੱਕ ਗੱਲ ਇਹ ਵੀ ਕਹੀ ਹੈ ਵੀ 15 ਜੁਲਾਈ ਤੋਂ 26 ਅਗਸਤ ਵਿਚਾਲੇ ਪ੍ਰੀਖਿਆਵਾਂ ਜਿਹੜਾ ਕਰਵਾਉਂਦਾ ਇਹਨਾਂ ਦਾ ਟੀਚਾ ਸੋਚ ਰਿਹਾ। ਪਰ ਅਲੱਗ-ਅਲੱਗ ਰਾਜ ਆ ਜਿਹੜੇ ਹਨਾ ਸਟੇਟਸ ਉਹਨਾਂ ਦੇ ਵਿੱਚ ਉਹਨਾਂ ਨੂੰ ਸੁਜੈਸ਼ਨਸ ਲਈਆਂ ਜਾ ਰਹੀਆਂ ਵੀ ਤੁਸੀਂ ਦੱਸੋ ਅਸੀਂ ਕੀ ਕਰੀਏ। ਹੁਣ ਇਹਦੇ ਵਾਸਤੇ ਵੀ ਹੁਣ ਜੇ ਕਿਸ ਤਰੀਕੇ ਨਾਲ ਇਹਨਾਂ ਸਾਰਿਆਂ ਦੀ ਆਪਸ ਦੇ ਵਿੱਚ ਸਹਿਮਤੀ ਹੋਏਗੀ। ਸਰ ਇਹ ਪੋਸੀਬਲ ਨਹੀਂ ਹੋ ਪਾਏਗਾ ਮੇਰੇ ਹਿਸਾਬ ਨਾਲ। ਕਿਉਂਕਿ ਇੱਕ ਸਟੇਟ ਦੇ ਵਿੱਚ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਬਹੁਤ ਜ਼ਿਆਦਾ ਕੇਸਿਸ ਨੇ ਕਈ ਸਟੇਟਾਂ ਦੇ ਵਿੱਚ ਘੱਟ ਕੇਸ ਹੈ ਜੋ CBSE ਹੈ ਉਹ ਇੱਕ ਸੈਂਟਰਲ ਇੱਕ ਤਰ੍ਹਾਂ ਦਾ ਇੰਡੀਆ ਦਾ ਬੋਰਡ ਹੈ ਹਰ ਇੱਕ ਸਟੇਟ ਹਰ ਇੱਕ ਸਿਟੀ ਦੇ ਵਿੱਚ ਉਹਨਾਂ ਦੇ ਸਕੂਲ ਨੇ ਉਹ ਜਾਂ ਤਾਂ ਪੂਰੀ ਇੰਡੀਆ 'ਚ ਕਰਾ ਸਕਦੇ ਆ ਜਾਂ ਪੂਰੀ ਇੰਡੀਆ 'ਚ ਨਹੀਂ ਕਰਵਾ ਸਕਦੇ ਇਹ ਨਹੀਂ ਹੋ ਸਕਦਾ ਵੀ ਬਠਿੰਡੇ ਹੋਈ ਜਾਂਦੇ ਆ ਬਰਨਾਲੇ ਉਹਨਾਂ ਦੇ ਨਹੀਂ ਹੋਣਗੇ ਬਰਨਾਲੇ ਵਾਲੇ ਬੱਚਾ ਨੂੰ ਕੋਵਿਡ ਦਾ ਸਰਟੀਫਿਕੇਟ ਮਿਲੂਗਾ ਤੇ ਬਠਿੰਡੇ ਵਾਲਿਆਂ ਨੂੰ ਜੋ ਸੀਬੀਐਸਸੀ ਦੇ ਪੇਪਰ ਹੋਣਗੇ ਤਾਂ ਉਹ ਇੱਕ ਮਿਊਚੁਅਲ ਡਿਸੀਜਨ ਇੱਕ ਸੈਂਟਰਲ ਲੈਵਲ ਤੇ ਲੈਣਾ ਪਏਗਾ ਜੋ ਕਿ ਕਾਫੀ ਮੁਸ਼ਕਲਾ ਹੋਣਗੇ ਕਿਉਂਕਿ ਅੱਗੇ ਜੋ ਵੀ ਆਪਾਂ ਬਿਆਨ ਸੁਣਦੇ ਆ ਉਹਦੇ ਚ ਤੀਜੀ ਲੇਅਰ ਦੀ ਵੀ ਗੱਲ ਕੀਤੀ ਜਾ ਰਹੀ ਹੈ ਬਿਲਕੁਲ ਵੀ ਤੀਜੀ ਲੇਅਰ ਵੀ ਆਏਗੀ ਅੱਛਾ ਉਹ ਤੁਹਾਡੀ ਗੱਲ ਕਰ ਤਾਂ ਉਹ ਬੱਚਿਆਂ ਨੂੰ ਇਫੈਕਟ ਜ਼ਿਆਦਾ ਕਰੇਗੀ ਹਾਂਜੀ ਉਹ ਤੀਜੀ ਲੇਅਰ ਹੈ ਜਿਹੜੀ ਕਹਿੰਦੇ ਨੇ ਉਹ ਬੱਚਿਆਂ ਨੂੰ ਇਫੈਕਟ ਜ਼ਿਆਦਾ ਕਰੇਗੀ ਕਿਉਂਕਿ ਹੋਰ ਜ਼ਿਆਦਾ ਡੇਂਜਰਸ ਹੈ ਹਾਂਜੀ ਹਾਂ ਤੇ ਉਹਦੇ ਵਿੱਚ ਹੁਣ ਜਿਵੇਂ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਕੋਈ ਗੱਲ ਹੋਰ ਕਹੀ ਹੈ ਇਹਦੇ ਵਿੱਚ ਇਸ ਖਬਰ ਦੇ ਵਿੱਚ ਉਹ ਕਹਿੰਦੇ ਨੇ ਵੀ ਇਸ ਦੇ ਨਾਲ ਹੀ ਦੋ ਹੋਰ ਸੁਝਾਅ ਦਿੱਤੇ ਗਏ ਨੇ ਪਹਿਲਾ ਪ੍ਰਮੁੱਖ ਵਿਸ਼ਿਆਂ ਲਈ ਵਰਤਮਾਨ ਸਰੂਪ ਚ ਹੀ ਪ੍ਰੀਖਿਆਵਾਂ ਕਰਾਉਣ ਤੇ ਬਾਕੀ ਵਿਸ਼ਿਆਂ ਲਈ ਇਹਨਾਂ ਪੇਪਰਾਂ ਦੇ ਆਧਾਰ ਤੇ ਅੰਕ ਦੇਣਾ ਹੈ ਹੁਣ ਇਹ ਦੱਸੋ ਕਿਸ ਤਰ੍ਹਾਂ ਹੋਏਗਾ ਸਰ ਉਹੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਉਹ ਪਿਛਲੇ ਆਧਾਰ ਤੇ ਅੰਕ ਦੇਣ ਦੀ ਗੱਲ ਕਰ ਰਹੇ ਨੇ ਜਾਂ ਦਸਵੀਂ ਦੇ ਜਾਉਣ ਜੋ ਇੰਟਰਨਲ ਅਸੈਸਮੈਂਟ ਲੱਗੀ ਹੈ ਤਾਂ ਉਹ ਇੱਕ ਬਿਜ਼ਨਸ ਦੁਬਾਰੇ ਖੜਾ ਹੋ ਸਕਦਾ ਉਹ ਕਾਰੋਬਾਰੀ ਦੁਬਾਰੇ ਆਪਣਾ ਵਪਾਰ ਕਰ ਲੇਗਾ ਆਪਣਾ ਸਮਾਨ ਦੁਬਾਰਾ ਵੇਚ ਲੇਗਾ ਬਟ ਬੱਚਿਆਂ ਦੇ ਜਿਹੜੇ 2 ਸਾਲ ਇਸ ਉਮਰ ਚ ਨੰਗੇ ਉਹਦੀ ਆਪਾਂ ਪਰਪਾਈ ਨਹੀਂ ਅੱਗੇ ਕਰ ਪਾਵਾਂਗੇ ਬਿਲਕੁਲ ਉਹ ਚੀਜ਼ ਨੂੰ ਆਪਾਂ ਨੂੰ ਬਹੁਤ ਹੀ ਜ਼ਰੂਰੀ ਸਮਝਦੇ ਹੋਏ ਇਸ ਚੀਜ਼ ਨੂੰ ਪਲਾਨ ਬਣਾਈ ਜਾਣਾ ਇਹ ਪਲਾਨ ਏ ਹੈ ਨਹੀਂ ਤਾਂ ਅਸੀਂ ਐ ਕਰ ਲਾਂਗੇ ਨਹੀਂ ਤਾਂ ਅਸੀਂ ਐ ਕਰ ਲਾਂਗੇ ਇਹ ਪਲਾਨਸ ਨੇ ਇਹ ਇੱਕ ਤਰ੍ਹਾਂ ਦੀਆਂ ਪ੍ਰੈਡਿਕਸ਼ਨਸ ਨੇ ਨੋਬਾਡੀ ਕੈਨ ਪ੍ਰਡਿਕਟ ਕਿ ਜਿਵੇਂ ਸਤੰਬਰ ਚ ਕਹਿ ਰਹੇ ਆ ਵੀ ਵੇਵ ਆਉਣੀ ਆ ਜਾਂ ਅਗਸਤ ਚ ਥਰਡ ਵੇਵ ਆਉਣੀ ਆ ਉਦੋਂ ਕਿੰਨਾ ਬੁਰਾ ਹਾਲ ਹੋਏਗਾ ਕਿੰਨਾ ਬੁਰਾ ਤਾਂ ਉਸ ਕਰਕੇ ਇਸ ਦਾ ਸਾਰੇ ਮਤਲਬ ਇੱਕ ਤਰ੍ਹਾਂ ਦੀਆਂ ਅ ਅਫੀਸ਼ੀਅਲਸ ਸਟੇਟਮੈਂਟ ਨਹੀਂ ਆਪਾਂ ਕਹਿ ਸਕਦੇ ਇਹਨਾਂ ਨੂੰ ਤਾਂ ਇੱਕ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਆ ਅੱਛਾ ਤੁਹਾਡੇ ਹਿਸਾਬ ਨਾਲ ਕਿਉਂਕਿ ਤੁਸੀਂ ਇਸ ਲਾਈਨ ਆ ਰਿਲੇਟਡ ਹੋ ਕੀ ਹੋਣਾ ਕੀ ਚਾਹੀਦਾ ਸਰ ਮੈਂ ਉਹੀ ਤੁਹਾਨੂੰ ਦੱਸ ਕੇ ਹਟਿਆ ਕਿ ਬੱਚਿਆਂ ਦੀਆਂ ਪ੍ਰੀਖਿਆਵਾਂ ਆਨਲਾਈਨ ਲਈਆਂ ਜਾ ਸਕਦੀਆਂ ਨਹੀਂ ਹੂੰ ਕਾਫੀ ਤਰ੍ਹਾਂ ਦੇ ਪੇਪਰ ਆਨਲਾਈਨ ਵੀ ਹੁੰਦੇ ਨੇ ਹੂੰ ਇਹਦੇ ਵਿੱਚ ਚਾਹੇ ਅਸਾਈਨਮੈਂਟ ਸਿਸਟਮ ਹੁੰਦਾ ਚਾਹੇ ਆਨਲਾਈਨ ਪੋਰਟਲ ਬਣਾ ਕੇ ਉਹਨਾਂ ਦੇ ਜਿਹੜੇ ਕੋਈ ਜ਼ਰੂਰੀ ਵਿਸ਼ੇ ਆ ਹੂੰ ਜਿਵੇਂ ਪੰਜ ਵਿਸ਼ੇ ਨੇ ਉਹਦੇ ਵਿੱਚੋਂ ਤਿੰਨ ਵਿਸ਼ੇ ਕੰਪਲਸਰੀ ਕਰ ਦਿੱਤੇ ਜਾਂਦੇ ਵੀ ਇਹਨਾਂ ਦਾ ਪੇਪਰ ਅਸੀਂ ਲਵਾਂਗੇ ਹੀ ਲਵਾਂਗੇ ਜੇ ਸਕੂਲਾਂ ਵਾਲੇ ਆਨਲਾਈਨ ਪੜਾ ਸਕਦੇ ਆ ਸਾਲਸਾਲ ਕਲਾਸਾਂ ਲਗਾ ਸਕਦੇ ਆ ਕੈਨੇਡਾ ਦੇ ਵਿੱਚ ਜਿਹੜੇ ਬੱਚਿਆਂ ਦਾ ਵੀਜ਼ਾ ਲੱਗਿਆ ਕਈਆਂ ਨੂੰ ਉੱਥੋਂ ਦੇ ਕਾਲਜ ਆਨਲਾਈਨ ਪੜਾ ਰਹੇ ਨੇ ਤੁਸੀਂ ਵੀ ਦੇਖਿਆ ਹੋਣਾ ਬੱਚੇ ਫੀਸ ਭਰ ਦਿੰਦੇ ਆ ਆਨਲਾਈਨ ਪੜ੍ਹ ਸਕਦੇ ਆ ਤਾਂ ਫਿਰ ਆਨਲਾਈਨ ਇਗਜ਼ਾਮ ਵੀ ਤਾਂ ਹੋ ਸਕਦੇ ਆ ਹੋ ਸਕਦੇ ਤਾਂ ਉਹ ਜ਼ਰੂਰੀ ਸੀ ਉਸ ਦੇ ਵੱਲ ਤਵੱਜੋ ਦਿੱਤੀ ਜਾ ਸਕਦੀ ਸੀ ਕਿਉਂਕਿ ਹਰ ਇੱਕ ਸਰਕਾਰ ਹਰ ਇੱਕ ਸੂਬੇ ਦੇ ਮੰਤਰੀ ਸਾਹਿਬਾ ਇਹ ਕਹਿੰਦੇ ਰਹੇ ਨੇ ਵੀ ਆਨਲਾਈਨ ਕਰਾ ਲਓ ਆਨਲਾਈਨ ਕਰਾ ਲਓ ਆਨਲਾਈਨ ਸਟੱਡੀ ਦੇ ਵਿੱਚ ਉਹਨਾਂ ਨੇ ਪੂਰਾ ਆਪਣਾ ਐਫਰਟਸ ਲਾਇਆ ਵੀ ਆਨਲਾਈਨ ਬੱਚਿਆਂ ਨੂੰ ਪੜ੍ਹਾਓ ਫਿਰ ਆਨਲਾਈਨ ਇਮਤਿਹਾਨ ਵੀ ਤਾਂ ਇਸੇ ਢੰਗ ਨਾਲ ਕਰਾਇਆ ਜਾ ਸਕਦਾ ਬਿਲਕੁਲ ਦੇਖੋ ਉਹੀ ਗੱਲ ਹੈ ਕਿ ਜਦੋਂ ਇਹ ਕਰੋਨਾ ਨੂੰ ਲੈ ਕੇ ਸਾਰਾ ਕੁਝ ਆਪਾਂ ਦੇਖ ਰਹੇ ਹਾਂ ਕਰੋਨਾ ਆਇਆ ਤਾਂ ਇਹ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ 2 ਸਾਲ ਲੇਟ ਹੋਈ ਹੁਣ ਕਰੋਨਾ ਦੀ ਗੱਲ ਕਰੀਏ ਤਾਂ ਦੇਸ਼ 'ਚ ਇਸੇ ਅਜੀਤ ਦੀ ਹੈ ਖਬਰ ਦੇਸ਼ 'ਚ ਕਰੋਨਾ ਕਾਰਨ ਮੌਤਾਂ ਦੀ ਗਿਣਤੀ 3 ਲੱਖ ਤੋਂ ਪਾਰ ਨਾਲ ਉਹਨਾਂ ਨੇ ਲਿਖਿਆ ਵਿਸ਼ਵ 'ਚ ਤੀਜੇ ਸਥਾਨ ਤੇ ਭਾਰਤ ਪੂਜਾ ਨਵੇਂ ਮਾਮਲੇ 2.5 ਲੱਖ ਤੋਂ ਘਟੇ ਸਰ ਦੇਖੋ ਇਸ ਨੂੰ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹਾਂਗਾ ਇਸ ਇਸੇ ਗੱਲ ਤੋਂ ਆਪਾਂ ਜੇ ਸ਼ੁਰੂ ਕਰੀਏ ਹਮ ਆਪਣਾ ਮੁਲਕ 1947 'ਚ ਆਜ਼ਾਦ ਹੋਇਆ ਸੀ ਜੀ ਬਿਲਕੁਲ ਉਦੋਂ ਆਪਣੇ ਮੁਲਕ ਦੇ ਕੀ ਹਾਲਾਤ ਹੋਏ ਸੀ ਸਾਰੀ ਦੁਨੀਆ ਨੂੰ ਪਤਾ ਹਮ ਅਮੀਰਾਂ ਨੂੰ ਕੋਈ ਫਰਕ ਨਹੀਂ ਪਿਆ ਗਰੀਬ ਸੜਕਾਂ ਤੇ ਰੋਲਦੇ ਫਿਰਦੇ ਸੀ ਖੂਨ ਖਰਾਬਾ ਹੋਇਆ ਔਰ ਉਹਨਾਂ ਦੀ ਕੱਟ ਵੱਡ ਹੋਈ ਕੋਈ ਗੱਠੜੀਆਂ ਚੱਕ ਕੇ ਅੱਜ ਵੀ ਤੁਸੀਂ ਪੁਰਾਣੀਆਂ ਫੋਟੋਆਂ ਕੱਢ ਕੇ ਦੇਖ ਲਓ ਹਮ ਉਦੋਂ ਉਹਨਾਂ ਦਾ ਬੜਾ ਬੁਰਾ ਹਾਲ ਹੋਇਆ ਬਿਲਕੁਲ ਫਿਰ ਨੋਟਬੰਦੀ ਵੇਲੇ ਕੀ ਹੋਇਆ ਨੋਟਬੰਦੀ ਵੇਲੇ ਕਈ ਬੰਦੇ ਸੁਸਾਈਡ ਕਰ ਗਏ ਕਈ ਬੰਦੇ ਸੜਕਾਂ ਤੇ ਰੁਲਦੇ ਰਹੇ ਆਮ ਬੰਦਾ ਰੁਲ ਗਿਆ ਅਮੀਰਾਂ ਨੂੰ ਕੋਈ ਫਰਕ ਨਹੀਂ ਪਿਆ ਫਿਰ ਤੁਸੀਂ ਦੇਖ ਲਓ ਵੀ ਕਰੋਨਾ ਵੇਲੇ ਕੀ ਹਾਲ ਹੋਇਆ ਪਿਛਲੇ ਸਾਲ ਕਈ ਮਜ਼ਦੂਰ 100-100 ਕਿਲੋਮੀਟਰ ਤੁਰ ਕੇ ਗਏ ਬਿਲਕੁਲ ਆਮ ਬੰਦੇ ਨੂੰ ਫਰਕ ਪਿਆ ਅਮੀਰ ਵੱਡੇ ਲੋਕਾਂ ਨੂੰ ਸਰਮਾਇਦਾਰਾਂ ਨੂੰ ਕੋਈ ਫਰਕ ਨਹੀਂ ਪਿਆ ਕਈਆਂ ਦੀਆਂ ਲਾਸ਼ਾਂ ਨਹਿਰਾਂ 'ਚ ਤਰਦੀਆਂ ਫਿਰਦੀਆਂ ਨੇ ਬਿਲਕੁਲ ਇਸ ਨੂੰ ਤੁਸੀਂ ਦੇਖੋ ਗੰਗਾ ਦੇ ਵਿੱਚ ਕਿੰਨੀ ਆਲਾਸਾਂ ਨੇ ਤਾਂ ਕਰੋਨਾ ਮਹਾਮਾਰੀ ਹੋ ਗਈ ਚਾਹੇ ਜੀਐਸਟੀ ਲੱਗਿਆ ਚਾਹੇ ਆਪਣੀ ਨੋਟਬੰਦੀ ਹੋਈ ਚਾਹੇ ਆਪਣੇ ਮੁਲਕ ਦੀ ਪਾਰਟੀਸ਼ਨ ਹੋਈ ਇਹਦੇ ਵਿੱਚ ਸਭ ਤੋਂ ਵੱਧ ਸਫਰ ਕਿਨੇ ਕੀਤਾ ਆਮ ਆਦਮੀ ਨੇ ਕੀਤਾ ਯਾਨੀ ਕਿ ਜਿਹੜੀ ਮੁਲਕ ਦੀ ਅਮੀਰੀ ਜਾਂ ਇੰਪਰੂਵਮੈਂਟ ਜਾਂ ਗਰੀਬੀ ਦਾ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਕਿ ਉਸ ਮੁਲਕ ਦੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਹਾਲਾਤ ਕੀ ਹੈ ਤਾਂ ਕਰੋਨਾ ਮਹਾਮਾਰੀ ਆਪਾਂ ਨੂੰ ਅਸਲ 'ਚ ਸ਼ੀਸ਼ਾ ਦਿਖਾ ਰਹੀ ਹੈ ਕਿ ਤੁਹਾਡੇ ਕੋਲੇ ਤੁਹਾਡੇ ਜਦੋਂ ਲਾਸਟ ਟਾਈਮ ਬੰਦੇ ਦਾ ਆਜੇ ਬੰਦੇ ਦੀ ਮੌਤ ਹੋ ਜੇ ਉਹਦੇ ਵਾਸਤੇ ਵੀ ਇੰਤਜ਼ਾਮ ਨਹੀਂ ਹੈਗੇ ਨਹੀਂ ਲੱਗਦਾ ਤਾਂ ਇਸ ਕਰਕੇ 3 ਲੱਖ ਹੈ ਇਹ ਅੰਕੜਾ ਸਹੀ ਹੈ ਕਿ ਵੱਧ ਹੈ ਕਿ ਘੱਟ ਹੈ ਹੁਣ ਇਹ 3 ਲੱਖ ਇਸ ਦੇ ਸਭ ਤੋਂ ਇੰਪੋਰਟੈਂਟ ਵਿਕੀ ਜੀ ਗੱਲ ਕੀ ਹੈ ਵੀ 3 ਲੱਖ ਕਿੰਨੇ ਦੇ ਵਿੱਚੋਂ ਹੈ ਕਿੰਨੇ ਬੰਦਿਆਂ ਦਾ ਟੈਸਟ ਹੋਇਆ ਹਮ ਫਾਰ ਐਗਜ਼ਾਮਪਲ 10 ਲੱਖ ਬੰਦੇ ਦਾ ਟੈਸਟ ਹੋਇਆ ਤਾਂ ਉਹ ਚੋਂ 3 ਲੱਖ ਆਏ ਤੇ ਜੇ 50 ਲੱਖ ਬੰਦੇ ਦਾ ਟੈਸਟ ਹੋਇਆ ਹੁੰਦਾ ਜੇ 2 ਕਰੋੜ ਬੰਦੇ ਦਾ ਟੈਸਟ ਹੋ ਜਾਂਦਾ ਉਸੇ ਦਿਨ ਤਾਂ ਕਿੰਨੇ ਕੇਸ ਆ ਜਾਣੇ ਕਿੰਨੇ ਕੇਸ ਇਹ ਚੀਜ਼ ਹੈ ਵੀ ਇਹ ਮਹਾਮਾਰੀ ਅਸਲ ਚ ਆਪਾਂ ਨੂੰ ਸ਼ੀਸ਼ਾ ਦਿਖਾ ਰਹੀ ਹੈ ਵੀ ਅਸਲ ਚ ਆਪਾਂ ਕਿੱਥੇ ਸਟੈਂਡ ਕਰਦੇ ਆ ਜੋ ਫੋਟੋਆਂ 1947 ਵੇਲੇ ਸੀ ਗਰੀਬਾਂ ਦੇ ਸਿਰ ਤੇ ਗਠੜੀਆਂ ਚੱਕੀਆਂ ਸੀ ਉਹੀ ਪਿਛਲੇ ਸਾਲ ਕਰੋਨਾ ਵੇਲੇ ਗਠੜੀਆਂ ਚੱਕੀ ਫਿਰਦੇ ਸੀ ਤੇ ਤੁਰ ਤੁਰ ਕੇ ਘਰਾਂ 'ਚ ਜਾ ਰਹੇ ਸੀ ਤੇ ਸੜਕਾਂ ਤੇ ਮਰ ਰਹੇ ਸੀ ਬਿਲਕੁਲ ਤੇ ਕਰੋਨਾ ਹੋਣ ਤੋਂ ਬਾਅਦ ਲਾਸ਼ਾਂ ਨਦੀ 'ਚ ਤੈਰ ਰਹੀਆਂ ਨੇ ਇਹ ਆંકੜੇ ਤੇ ਨਹੀਂ ਮੈਂ ਜਾਣਾ ਚਾਹੁੰਦਾ ਮੈਂ ਜਿਹੜਾ ਇਹਦਾ ਅਸਲ ਸੱਚ ਹੈ ਉਹਦੇ ਤੇ ਜਰੂਰ ਤੁਹਾਨੂੰ ਕਹਿਣਾ ਚਾਹਾਂਗਾ ਕਿ ਚਾਹੇ ਨੋਟਬੰਦੀ ਹੋਈ ਉਦੋਂ ਵੀ 125 ਗਰੀਬ ਮਾਰੇ ਗਏ ਅਮੀਰਾਂ ਨੂੰ ਫਰਕ ਨਹੀਂ ਪਿਆ ਕਈਆਂ ਦੇ ਵਿਆਹ ਟੁੱਟ ਗਏ ਤੇ ਆਪਣਾ ਹੀ ਦੇਸ਼ ਦੀ ਤਰੱਕੀ ਉਦੋਂ ਹੋਏਗੀ ਆਪਾਂ ਉਦੋਂ ਕਹਿ ਸਕਦੇ ਜਦੋਂ ਉਹ ਕੋਈ ਹਾਲਾਤ ਐਦਾਂ ਦੇ ਐਮਰਜੈਂਸੀ ਵਾਲੇ ਬਣਨ ਤੇ ਉਹ ਗਰੀਬਾਂ ਦੀਆਂ ਉਦਾਂ ਦੀਆਂ ਫੋਟੋਆਂ ਆਪਾਂ ਨੂੰ ਦੁਬਾਰਾ ਦੇਖਣ ਨੂੰ ਨਾ ਮਿਲਣ ਉਦਾਂ ਦੇ ਹਾਲਾਤ ਦੁਬਾਰਾ ਦੇਖਣ ਨੂੰ ਨਾ ਮਿਲਣ ਬਿਲਕੁਲ ਦੇਖੋ ਹਾਲਾਤ ਜਿਹੜੇ ਨੇ ਉਹ ਕਿਤੇ ਨੇ ਕਿਤੇ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਇਹਨਾਂ ਨੂੰ ਦੁਰਸਤ ਕਰ ਸਕਦੀਆਂ ਬਾਕੀ ਜਿਹੜੀ ਇਹਨਾਂ ਨੇ ਇੱਕ ਗੱਲ ਕਹੀ ਤੇ ਵੀ ਇਹ 3 ਲੱਖ ਜਿਹੜੇ ਕੇਸ ਆਏ ਆ ਉਹ ਕਿੰਨਿਆਂ ਚੋਂ ਆਏ ਪਹਿਲੀ ਗੱਲ ਇਹ ਦੇਖਣ ਵਾਲੀ ਹੈ ਠੀਕ ਹੈ ਅਸੀਂ ਖਬਰ ਪੜ ਲਈਏ ਅਸੀਂ ਦੇਖ ਲਿਆ ਵੀ ਦੇਸ਼ ਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ 3 ਲੱਖ 3 ਲੱਖ ਉਹਨਾਂ ਚੋਂ ਜਿਹੜੇ ਕੇਸ ਜਿਹੜੇ ਸੀਗੇ ਜਿਨ੍ਹਾਂ ਨੂੰ ਟੈਸਟ ਕੀਤਾ ਗਿਆ ਉਹਦੇ ਵਿੱਚੋਂ 3 ਲੱਖ ਆਏ ਬਾਕੀ ਤਾਂ ਰਹਿੰਦੇ ਸੀ ਹਾਂਜੀ ਉਹ ਟੈਸਟ ਹੋਈ ਨਹੀਂ ਟੈਸਟ ਹੋਈ ਨਹੀਂ ਤਾਂ ਇਹ ਕਿਤੇ ਨਾ ਕਿਤੇ ਇਹਦੀ ਗਿਣਤੀ 3 ਲੱਖ ਤੋਂ ਵੱਧ ਵੀ ਹੋ ਸਕਦੀ ਹੈ ਗੱਲ ਹੀ ਹੁੰਦੀ ਹੈ ਵੀ ਹਰ ਖਬਰ ਦੀ ਡੈਪਥ ਤੇ ਜਾਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਅਸੀਂ ਉਤਲੀ ਉਤਲੀਆਂ ਗੱਲਾਂ ਜਿਹੜੀਆਂ ਉਹ ਸੁਣ ਲੈਣੇ ਆ ਪੜ੍ਹ ਲੈਣੇ ਆ ਪਰ ਅਸੀਂ ਉਹਦੇ ਬਿਲਕੁਲ ਅੰਦਰ ਜਾ ਕੇ ਨਹੀਂ ਦੇਖਦੇ ਹੁਣ ਜਿਸ ਤਰ੍ਹਾਂ ਇੱਕ ਖਬਰ ਹੈ ਜੀ ਰੋਜ਼ਾਨਾ ਸਪੋਕਸਮੈਨ ਦੇ ਵਿੱਚ ਇਹ ਪਹਿਲੇ ਸਫੇ ਤੇ ਲੱਗੀ ਹੈ ਪੰਜਾਬ ਪੁਲਿਸ ਵੱਲੋਂ ਦੋ ਖਾਲਸਤਾਨੀ کارਕੁਨ ਗ੍ਰਿਫਤਾਰ ਗ੍ਰਿਫਤਾਰ ਕੀਤਾ ਗਿਆ ਖਾਲਸਤਾਨੀਆਂ ਦੀਆਂ ਫਾਈਲ ਤਸਵੀਰਾਂ ਇਹ ਦੇਖੋ ਦੋਵੇਂ ਖਾਲਸਤਾਨੀ ਕਹਿੰਦੇ ਟਾਈਗਰ ਫੋਰਸ ਮੁਖੀ ਦੀਆਂ ਹਦਾਇਤਾਂ ਤੇ ਜਨਵਰੀ ਵਿੱਚ ਫਲੋਰ ਦੇ ਪੁਜਾਰੀ ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਸਨ ਕੀ ਕਹਣਾ ਸਰ ਮੈਂ ਤੁਹਾਡਾ ਧਿਆਨ ਲਿਜਾਣਾ ਚਾਹਾਂਗਾ ਸਰੋਤਿਆਂ ਦਾ ਵੀ ਜੇ ਸਪੋਕਸਮੈਨ ਅਖਬਾਰ ਆਉਂਦਾ ਤੁਸੀਂ ਇਹ ਬੱਚਿਆਂ ਦੀਆਂ ਫੋਟੋਆਂ ਦੇਖੋ ਜੀ ਇਹਨਾਂ ਦੀ ਉਮਰ ਦਾ ਅੰਦਾਜ਼ਾ ਲਗਾਓ ਕੀ ਹੋਏਗਾ ਬਿਲਕੁਲ ਇਹਨਾਂ ਨੂੰ ਕਿੰਨੀ ਕੁ ਸਮਝ ਹੋਏਗੀ ਕਈਆਂ ਦੇ ਤਾਂ ਹਜੇ ਦਾੜੀ ਵੀ ਪੂਰੀ ਨਹੀਂ ਆਈ ਮੁੱਛ ਪੂਰੀ ਨਹੀਂ ਆਈ ਹਮ ਤਾਂ ਇਹਨਾਂ ਦੀ ਉਮਰ ਬੜੀ ਘੱਟ ਹੈ ਇਹਨਾਂ ਨੂੰ ਜ਼ਿੰਦਗੀ ਦੀ ਸਮਝ ਨਹੀਂ ਹੈ ਇਸ ਖਬਰ ਦੀ ਅੰਦਰਲੀ ਸੱਚਾਈ ਕੀ ਹੈ ਕਿ ਆਪਣੇ ਹੀ ਮੁਲਕ ਦੇ ਵਿੱਚ ਰੋਜ਼ਗਾਰ ਦੀ ਜਾਂ ਬਿਜ਼ਨਸ ਦੀ ਜਾਂ ਕੰਮ ਲਾਉਣ ਦੀ ਬੱਚਿਆਂ ਨੂੰ ਕਮੀ ਹੈ ਹੂੰ ਤਾਂ ਹੀ ਇਹ ਬੱਚੇ ਨਾ ਇਹਨਾਂ ਦੇ ਪੱਗ ਬੰਨੀ ਹੈ ਨਾ ਅੰਮ੍ਰਿਤ ਛਕਿਆ ਹੋਇਆ ਹੈ ਨਾ ਇਹਨਾਂ ਨੇ ਕੇਸ ਰੱਖੇ ਹੋਏ ਆ ਅਸਲ 'ਚ ਤਾਂ ਇਹ ਮੋਨੇ ਖੋਨੇ ਆ ਮੇਰੇ ਅਰਗੇ ਹੂੰ ਪਰ ਇਹ ਲੜ ਰਹੇ ਆ ਖਾਲਿਸਤਾਨ ਦੀ ਲੜਾਈ ਹੂੰ ਏ ਇਸ ਖਬਰ ਵਿੱਚ ਦੱਸਿਆ ਗਿਆ ਬਿਲਕੁਲ ਠੀਕ ਹੈ ਇਹ ਖੁਦ ਖਾਲਿਸਤਾਨੀ ਨਹੀਂ ਹਨ ਹਮ ਪਰ ਇਹਨਾਂ ਨੂੰ ਚਲੋ ਕਿਸੇ ਵੀ ਬੰਦੇ ਨੇ ਪ੍ਰਵੋਕ ਕਰਕੇ ਜਾਂ ਮਿਸ ਗਾਈਡ ਕਰਕੇ ਇਸ ਕੰਮ ਤੇ ਲਗਾਤਾ ਇਹ ਕੰਮ ਅੰਦਰਲੀ ਸਚਾਈ ਸਚਾਈ ਬਿਲਕੁਲ 100% ਕੀ ਹੈ ਕਿ ਇਹ ਬੰਦੇ ਪੈਸੇ ਵਾਸਤੇ ਕੰਮ ਕਰ ਰਹੇ ਨੇ ਹਮ ਪਰ ਜੇ ਇਹਨਾਂ ਨੂੰ ਉਹ ਹੀ ਗੱਲ ਹੈ ਤੁਸੀਂ ਜਿਹੜੀ ਗੱਲ ਕੀਤੀ ਵੀ ਜੇ ਰੋਜ਼ਗਾਰ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਇਹ ਟਾਈਮ ਕੋਈ ਵੀ ਬੰਦਾ ਆਪਦਾ ਪਰਿਵਾਰ ਆਪਦੇ ਬੱਚੇ ਆਪਦਾ ਚੱਲਦਾ ਕੰਮ ਛੱਡ ਕੇ ਉਸ ਪਾਸੇ ਨਹੀਂ ਜਾਏਗਾ ਜਿਹੜਾ ਵਿੱਲਾ ਹੈ ਜਿਹਨੂੰ ਕਿਸੇ ਵੀ ਤਰ੍ਹਾਂ ਦੀ ਰੋਜੀ ਰੋਟੀ ਦਾ ਸਾਧਨ ਨਹੀਂ ਹੈ ਔਰ ਉਹਨੇ ਆਪਣਾ ਪਰਿਵਾਰ ਜਾਂ ਮਾਪਿਆਂ ਦੀ ਗਰੀਬੀ ਦੇਖਣੀ ਹੈ ਉਹਨਾਂ ਨੂੰ ਇਦਾਂ ਦੇ ਟਾਰਗੇਟ ਬਣਾਏ ਜਾਂਦੇ ਆ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਇਹ ਕੰਮ ਕਰਵਾਇਆ ਜਾਂਦਾ ਬਿਲਕੁਲ ਇਹ ਕੁਝ ਕੁਝ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਆ ਉਹ ਸੌਫਟ ਕੋਰਨਰ ਵੀ ਦੇਖਦੇ ਵੀ ਕਿਹੜਾ ਸੌਫਟ ਹੈ ਉਹਨੂੰ ਟੱਚ ਕੀਤਾ ਜਾਵੇ ਤਾਂ ਉਹਨੂੰ ਤੁਹਾਨੂੰ ਯਾਦ ਹੋਏਗਾ ਸਰ ਆਪਣੇ ਇੰਡੀਆ ਚ ਇੱਕ ਕੈਦੀ ਨੂੰ ਫਾਂਸੀ ਹੋਈ ਸੀ ਅਜਮਲ ਖਸਾਬ ਨੂੰ ਬਿਲਕੁਲ ਉਹਦੀ ਜਦੋਂ ਬੈਕਗ੍ਰਾਉਂਡ ਚੈੱਕ ਕੀਤੀ ਗਈ ਤਾਂ ਉਹਨੂੰ ਉਦੇ ਮਾਪੇ ਤੋਂ ਕੁਝ ਪੈਸੇ ਦੇ ਕੇ ਖਰੀਦ ਲਿਆ ਗਿਆ ਸੀ ਹਾਂ ਯਾਨੀ ਕਿ ਉਹ ਪਰਿਵਾਰ ਦੀ ਗਰੀਬੀ ਸੀ ਹੋਰ ਉਹਦੀ ਇੰਡੀਆ ਨਾਲ ਕੋਈ ਦੁਸ਼ਮਣੀ ਵੀ ਸੀ ਤਾਂ ਉਹਨਾਂ ਹਾਲਾਤਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਇਹ ਨੌਜਵਾਨਾਂ ਨੂੰ ਇਧਰਲੇ ਪਾਸੇ ਤੱਕ ਦਿੱਤਾ ਜਾਂਦਾ ਅਸਲ ਵਿੱਚ ਅੱਛਾ ਹੁਣ ਇੱਕ ਖਬਰ ਹੋਰ ਦੇਖ ਮੈਂ ਪੜ੍ਹੀ ਇਹਦੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਕਿਸਾਨਾਂ ਨੂੰ ਧਰਨਾ ਨਾ ਲਾਉਣ ਦੀ ਅਪੀਲ ਵੀ ਜਿਹੜਾ ਹੁਣ ਕਹਿੰਦੇ ਨੇ ਵੀ ਇਹਦੇ ਨਾਲ ਜਿਹੜਾ ਕੋਵਿਡ ਹੈ ਹੋਰ ਜ਼ਿਆਦਾ ਫੈਲੇਗਾ ਦੇਖੋ ਸਰ ਜਿਹੜੀ ਗੱਲ ਸਹੀ ਹੈ ਉਹਨੂੰ ਆਪਾਂ ਸਹੀ ਕਵਾਂਗੇ। ਹੂੰ ਮੁੱਖ ਮੰਤਰੀ ਸਾਹਿਬ ਦੀ ਅਪੀਲ ਨਾਲ ਮੈਂ ਜੋ ਵੀ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਉਹ ਬਿਲਕੁਲ ਸਹੀ ਹੈ। ਹੂੰ ਕਿਉਂਕਿ ਕਰੋਨਾ ਕੋਈ ਜਾਤ ਪਾਤ ਜਾਂ ਕੋਈ ਕਮਿਊਨਿਟੀ ਨਹੀਂ ਦੇਖਦਾ ਵੀ ਇਹ ਕਿਸਾਨ ਨੇ ਜਾਂ ਕੌਣ ਨੇ। ਹੂੰ ਹੂੰ ਤਾਂ ਇਸ ਕਰਕੇ ਮੈਂ ਇਸ ਤਰ੍ਹਾਂ ਸਹਿਮਤ ਹਾਂ ਕਿ ਜੇ ਉਹ ਕਿਸਾਨ ਕਰੋਨਾ ਲੈ ਕੇ ਆਪਦੇ ਬੱਚਿਆਂ 'ਚ ਘਰੇ ਆਉਂਦਾ ਉਹਦੇ ਬੱਚਿਆਂ ਦਾ ਵੀ ਨੁਕਸਾਨ ਹੋਏਗਾ। ਔਰ ਉਹ ਮੋਢੇ ਨਾਲ ਮੋਢਾ ਲਾ ਕੇ ਬੈਠੇ ਨੇ। ਬਿਲਕੁਲ ਇੱਕ ਤਾਂ ਇਹ ਹੈ ਵੀ ਬਿਮਾਰੀ ਨਹੀਂ ਕਿਸੇ ਨੂੰ ਦੇਖਦੀ ਵੀ ਇਹ ਕੌਣ ਹੈ ਜਾਂ ਕਿਵੇਂ ਹੋਏਗੀ। ਦੂਸਰੀ ਗੱਲ ਇਹ ਹੈ ਵੀ ਆਪਾਂ ਨੂੰ ਇਹ ਮੰਨਦੇ ਹੋਏ ਪਰ ਨਾਲ ਕਿਸਾਨਾਂ ਦੇ ਨਾਲ ਵੀ ਇਸ ਢੰਗ ਨਾਲ ਖੜਨਾ ਚਾਹੀਦਾ ਵੀ ਉਹਨਾਂ ਦਾ ਵੀ ਹੱਲ ਹੋ ਜੇ ਤਾਂ ਕਿ ਜੋ ਉਹਨਾਂ ਦੀਆਂ ਜ਼ਰੂਰੀ ਮੰਗਾਂ ਨੇ ਜਾਂ ਜੋ ਇੰਨੇ ਮਹੀਨਿਆਂ ਤੋਂ ਉੱਥੇ ਬੈਠੇ ਨੇ ਇੰਨੇ ਬੰਦਿਆਂ ਦੀ ਮੌਤ ਹੋ ਗਈ ਹੈ ਔਰ ਇੰਨੀ ਜ਼ਿਆਦਾ ਗਰਮੀ ਹੈ ਬਾਹਰ ਨਿਕਲਣਾ ਵੀ ਕੋਕਾ ਸਰਦੀ ਚ ਵੀ ਉੱਥੇ ਬੈਠੇ ਰਹੇ ਜੀ ਬਿਲਕੁਲ ਤਾਂ ਆਪਾਂ ਨੂੰ ਇਸ ਚੀਜ਼ ਵੱਲ ਵੀ ਐਫਰਟ ਕਰਨੀ ਚਾਹੀਦੀ ਹੈ ਕਿ ਜੋ ਵੀ ਉਹ ਕਾਨੂੰਨ ਚੇਂਜ ਕਰਾਉਣਾ ਚਾਹੁੰਦੇ ਆ ਜਾਂ ਰੱਦ ਕਰਾਉਣਾ ਚਾਹੁੰਦੇ ਆ ਸਰਕਾਰ ਉਹਨੂੰ ਤਵੱਜੋ ਵੀ ਦੇਵੇ ਦੇਖੋ ਇਹ ਤੁਹਾਡੇ ਨਾਲ ਠੀਕ ਹੈ ਜਿਹੜਾ ਹੁਣ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਕਿਸਾਨ ਧਰਨਾ ਨਾਲ ਆਣ ਠੀਕ ਹੈ ਚਲੋ ਮੰਨ ਲੈਨੇ ਦੂਜੇ ਪਾਸੇ ਇਹ ਪ੍ਰੈਸ਼ਰ ਸੈਂਟਰ ਦੀ ਸਰਕਾਰ ਤੇ ਵੀ ਬਣਾ ਸਕਦੇ ਨੇ ਵੀ ਤੁਸੀਂ ਉਹਨਾਂ ਦੀ ਗੱਲਾਂ ਕਿਉਂ ਨਹੀਂ ਮੰਨਦੇ ਇਹ ਉਧਰ ਵੀ ਪ੍ਰੈਸ਼ਰ ਜਿਹੜਾ ਆਪਣਾ ਬਿਲਡ ਅਪ ਕਰ ਸਕਦੇ ਨੇ ਸਰ ਦੇਖੋ ਉਹਦੇ ਵਾਸਤੇ ਹੀ ਜ਼ਿਆਦਾ ਐਫਰਟਸ ਹੋਣੀਆਂ ਚਾਹੀਦੀਆਂ ਨੇ ਕਿ ਉਹਨਾਂ ਦੀ ਮੰਗਾਂ ਬਣਾਈਆਂ ਜਾ ਸਕਣ ਨਾ ਕਿ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਜੀ ਇਹ ਲਾਲ ਕਿਲੇ ਤੇ ਚਲੇ ਗਏ ਸੀ ਇਹਨਾਂ ਦੇ ਪਰਚੇ ਕੱਟ ਦੋ ਇਹਨਾਂ ਦੀ ਦਰਨੇ ਕੈਨਸਲ ਕਰਾ ਦਿਓ ਇਹਨਾਂ ਇਹ ਪੋਲੀਟੀਕਲ ਮੋਟੀਵੇਟਿਡ ਹੈ ਕਿਸਾਨ ਨਹੀਂ ਹੈਗੇ ਕਦੇ ਉਹਨਾਂ ਨੂੰ ਕੁਝ ਵੱਖਵਾਦੀ ਜਾਂ ਖਾਲਸਤਾਨੀ ਕਹਿ ਦਿੱਤਾ ਜਾਂਦਾ ਹੈ ਕਦੇ ਉਹਨਾਂ ਦੇ ਵਿੱਚ ਆਪਸ ਵਿੱਚ ਇੱਕ ਵਾਰੀ ਪਿੱਛੇ ਜੇ ਇੱਕ ਕਿਸੇ ਕੁਝ ਬੰਦਿਆਂ ਤੋਂ ਹਮਲਾ ਵੀ ਕਰਵਾ ਦਿੱਤਾ ਗਿਆ ਸੀ ਉੱਥੇ ਲੜਾਈਆਂ ਪੜਾਈਆਂ ਕਰਾ ਦਿੱਤੀਆਂ ਗਈਆਂ ਸੀ ਯਾਨਕਿ ਉਹ ਦਰਨੇ ਨੂੰ ਕਿਸੇ ਗਲਤ ਢੰਗ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸਲ 'ਚ ਉਹਨਾਂ ਦੀ ਮੰਗ ਮੰਗ ਲਈ ਜਾਵੇ ਵੀ ਆਹ ਜੋ ਜ਼ਮੀਨ ਕਿਸਾਨ ਦੀ ਮੈਂ ਵੀ ਇੱਕ ਬੇਸਿਕਲੀ ਕਿਸਾਨ ਆ ਮੇਰਾ ਪਰਿਵਾਰਕ ਪਸ਼ੂਕੜ ਜਾਂ ਮੇਰੇ ਕੋਲੇ ਵੀ ਜ਼ਮੀਨ ਹੈ ਤਾਂ ਉਹਦੇ ਨਾਲ ਮੇਰਾ ਵੀ ਨੁਕਸਾਨ ਹੋਣਾ ਹੈ ਜੇ ਉਹ ਕਿਸਾਨ ਦੀ ਮੰਗ ਹੀ ਮੰਨ ਲਈ ਜਾਵੇ ਵੀ ਜ਼ਮੀਨ ਤੇਰੀ ماں ਤੇਰੇ ਕੋਲੇ ਰਹੇਗੀ ਤੇਰਾ ਅਧਿਕਾਰ ਹੈ ਤੇਰੇ ਮੁਤਾਬਕ ਕਾਨੂੰਨ ਬਣਨਗੇ ਜੇ ਕੋਈ ਬਣਨਗੇ ਤਾਂ ਕਿਸੇ ਨੇ ਮੰਗੇ ਨਹੀਂ ਸੀ ਇਹ ਕਾਨੂੰਨ ਆਪਦੀ ਮਰਜ਼ੀ ਨਾਲ ਬਣਾ ਕੇ ਥੋਪ ਦੇਣਾ ਉਹ ਵੀ ਮਾਲਕਾ ਦਾ ਅਧਿਕਾਰ ਤੁਸੀਂ ਨਾਲੇ ਉਹਨਾਂ ਨੂੰ ਦਿੱਤਾ ਹੋਇਆ ਤਾਂ ਉਹ ਹਰ ਇੱਕ ਨੂੰ ਹੀ ਨਾਗਵਾਰ ਆ ਗੁਜ਼ਰੇਗੀ ਕਿਉਂਕਿ ਇੱਕ ਜ਼ਮੀਂਦਾ ਹੀ ਕਿਸਾਨਾਂ ਨੂੰ ਸਹਾਰਾ ਹੈ ਉਹ ਆਪਦੀ ਜ਼ਮੀਨ ਨੂੰ ਗਿਰਵੀ ਰੱਖਣਾ ਜਾਂ ਏਜੰਸੀਆਂ ਨੂੰ ਦੇਣਾ ਜਾਂ ਵੱਡੇ سرمایہਦਾਰਾਂ ਨੂੰ ਫੈਕਟਰੀਆਂ ਨੂੰ ਦੇਣਾ ਉਹ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੋ ਸਕਦਾ ਇਹਦੇ ਚ ਇਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨਾਂ ਵਿੱਚ ਅਸੀਂ ਕਿਸਾਨਾਂ ਨਾਲ ਖੜੇ ਹੁਣ ਕਿਸਾਨਾਂ ਵੱਲੋਂ ਕੋਵਿਡ ਵਿਰੁੱਧ ਲੜਾਈ ਵਿੱਚ ਸਾਡਾ ਸਾਥ ਦੇਣ ਦਾ ਵੇਲਾ ਬਿਲਕੁਲ ਬਿਲਕੁਲ ਸਹੀ ਗੱਲ ਆ ਸਰ ਮੈਂ ਸ਼ੁਰੂ ਦੇ ਵਿੱਚ ਇਸ ਖਬਰ ਦੇ ਸ਼ੁਰੂ ਦੇ ਵਿੱਚ ਜਦੋਂ ਤੁਸੀਂ ਇਹ ਪੜ੍ਹੇ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਇਹਨਾਂ ਦੀ ਮੰਗ ਜਾਂ ਜੋ ਇਹ ਗੱਲ ਕਹਿ ਰਹੇ ਹੋ ਨਾ ਸਹੀ ਹੈ ਕਿ ਮਹਾਮਾਰੀ ਕਿਸੇ ਨੂੰ ਨਹੀਂ ਦੇਖਦੀ ਬਿਲਕੁਲ ਜੋ ਕੈਪਟਨ ਸਾਹਿਬ ਇਹ ਗੱਲ ਕਹਿ ਰਹੇ ਨੇ ਉਹ ਕੋਈ ਦਰਨਾ ਬੰਦ ਕਰਨ ਨੂੰ ਨਹੀਂ ਕਹਿ ਰਹੇ ਹਮ ਨਾ ਉਹ ਇਹ ਕਹਿ ਰਿਹਾ ਵੀ ਤੁਸੀਂ ਆਪਦੀ ਮੰਗਾ ਨਾ ਰੱਖੋ ਜਾਂ ਖੇਤੀ ਕਾਨੂੰਨ ਸਹੀ ਨਹੀਂ ਉਹ ਇਹ ਵੀ ਨਹੀਂ ਕਹਿ ਰਹੇ ਉਹ ਕਹਿ ਰਹੇ ਕਿ ਜੋ ਮਹਾਮਾਰੀ ਹੈ ਉਹ ਉੱਥੇ ਹੋਰ ਜ਼ਿਆਦਾ ਫੈਲ ਗਈ ਹੋਰ ਜ਼ਿਆਦਾ ਆਪਣੇ ਕਿਸਾਨ ਪੰਜਾਬੀ ਭਰਾਵਾਂ ਦੀ ਮੌਤ ਉੱਥੇ ਹੋ ਗਈ ਨਾ ਜਾਣੇ ਔਰ ਜੇ ਉਹ ਘਰੇ ਲੈ ਕੇ ਉਹ ਬਿਮਾਰੀ ਨੂੰ ਆ ਗਏ ਹੋਰ ਜ਼ਿਆਦਾ ਪਰਿਵਾਰ ਦਾ ਨੁਕਸਾਨ ਹੋ ਗਿਆ ਪਿੰਡਾਂ ਦਾ ਨੁਕਸਾਨ ਹੋ ਗਿਆ ਉਹ ਅਸਲ 'ਚ ਉਸ ਪੁਆਇੰਟ ਤੇ ਗੱਲ ਕਹਿ ਰਹੇ ਨੇ ਉਹ ਤਾਂ ਕਹਿ ਰਿਹਾ ਵੀ ਸਾਡੇ ਪੰਜਾਬੀ ਸੂਬੇ ਦੇ ਵਿੱਚ ਜੇ ਬਹੁਤ ਜ਼ਿਆਦਾ ਇਹ ਫੈਲ ਜਾਏਗਾ ਪਿੰਡਾਂ ਦੇ ਵਿੱਚ ਫੈਲ ਜਾਏਗਾ ਤਾਂ ਜਾਨਵਾਲ ਦਾ ਦੇਖੋ ਜਾਣ ਹੈ ਤਾਂ ਜਹਾਨ ਹੈ ਜੇ ਜ਼ਿੰਦਾ ਰਹੋਗੇ ਤਾਂ ਤੁਸੀਂ ਹਰ ਇੱਕ ਲੜਾਈ ਲੜ ਸਕਦੇ ਹੋ ਸਿਰਫ ਇੱਕ ਕਾਲੇ ਕਾਨੂੰਨਾਂ ਦੀ ਲੜਾਈ ਨਹੀਂ ਹੈ ਤੁਸੀਂ ਪਰਿਵਾਰ ਵੀ ਪਾਲ ਲੇ ਜੇ ਤੁਹਾਨੂੰ ਮਹਾਮਾਰੀ ਕਰਕੇ ਕੁਝ ਹੋ ਗਿਆ ਧਰਨੇ 'ਚ ਤਾਂ ਪਿੱਛੇ ਪਰਿਵਾਰ ਦਾ ਕੀ ਬਣੇਗਾ ਉਹ ਇਸ ਢੰਗ ਨਾਲ ਇਸ ਗੱਲ ਨੂੰ ਅਸਲ 'ਚ ਆਪਾਂ ਦੇਖੀਏ ਤਾਂ ਇਹ ਜ਼ਿਆਦਾ ਬੈਟਰ ਆਪਾਂ ਨੂੰ ਸਮਝ ਆਏਗੀ। ਬਿਲਕੁਲ ਦੇਖੋ ਗੱਲ ਉਹੀ ਆ ਗਈ ਵੀ ਇਸ ਵੇਲੇ ਪ੍ਰੋਬਲਮ ਕੀ ਖੜੀ ਹੋਈ ਵੀ ਕਿਸਾਨ ਇਹ ਕਹਿੰਦੇ ਨੇ ਵੀ ਜੇ ਸਾਡੇ ਕੋਲ ਜ਼ਮੀਨ ਹੀ ਨਾ ਰਹੀ ਤਾਂ ਅਸੀਂ ਜੰਦਾ ਰਹਿ ਕੇ ਵੀ ਕੀ ਕਰਨਾ ਮਰੇ ਅਸੀਂ ਭੁੱਖੇ ਵੀ ਪਏ ਆ ਤੇ ਮਰੇ ਅਸੀਂ ਕਰੋਨਾ ਨਾਲ ਵੀ ਪਏ ਆ ਤੇ ਇਹਦੇ ਨਾਲ ਬਿਹਤਰ ਹੈ ਵੀ ਇੱਕ ਥੋੜੀ ਜਿ ਇੱਜ਼ਤ ਵਾਲੀ ਮੌਤ ਹੈ ਜਿਹੜੀ ਉਹ ਤਾਂ ਬੰਦਾ ਮਰੇ ਵੀ ਆਪਣੀ ਲੜਾਈ ਲੜਦਿਆਂ ਅਸੀਂ ਮਰੇ ਆ। ਬਿਲਕੁਲ ਸਰ ਇਹ ਇਹ ਕਿਸਾਨਾਂ ਦਾ ਇਹ ਸੋਚਣਾ ਹੈ ਪਰ ਨਾਲ ਨਾਲ ਇੱਕ ਦੇਖੋ ਕੀ ਹੁੰਦਾ ਵੀ ਰਾਜਨੀਤੀ ਹੈ। ਜੇ ਕੈਪਟਨ ਸਾਹਿਬ ਜਿਹੜਾ ਉਹ ਵੀ ਰਾਜਨੀਤਿਕ ਆਦਮੀ ਨੇ ਸੈਂਟਰ ਦੇ ਵਿੱਚ ਵੀ ਰਾਜਨੀਤੀ ਚੱਲਦੀ ਪਈ ਹੈ ਕਿਉਂਕਿ ਜੇ ਅਸੀਂ ਕੋਵਿਡ ਦੀ ਗੱਲ ਕਰਦੇ ਆ ਫੈਲਣ ਦੀ ਗੱਲ ਕਰਦੇ ਆ ਤਾਂ ਹੁਣ ਪਿੱਛੇ ਜੇ ਇਲੈਕਸ਼ਨ ਹੋਏ ਨੇ ਅਦਰ ਸਟੇਟਸ ਦੇ ਵਿੱਚ ਬਿਲਕੁਲ ਸਰ ਉੱਥੇ ਵੱਡੀਆਂ ਵੱਡੀਆਂ ਰੈਲੀਆਂ ਹੋਈਆਂ ਉੱਥੇ ਕੋਵਿਡ ਕਿਉਂ ਨਹੀਂ ਸੀ ਉੱਥੇ ਕੋਵਿਡ ਸੀਗਾ ਪਰ ਰੈਲੀਆਂ ਹੋਈਆਂ ਨੇ ਉਹਦੇ ਨਾਲ ਕਿੰਨਾ ਨੁਕਸਾਨ ਹੋਇਆ ਸਾਡੇ ਪੰਜਾਬ ਦੇ ਵਿੱਚ ਵੀ ਜੇ ਹੁਣ ਪਿੱਛੇ ਇਲੈਕਸ਼ਨ ਹੋਏ ਨੇ ਤਾਂ ਉਦੋਂ ਬੜਾ ਇਕੱਠ ਹੁੰਦਾ ਸੀ ਹੁਣ ਤੁਸੀਂ ਇਹ ਦੇਖ ਲਓ ਵੀ ਜੇ ਕੋਈ ਕਿਸੇ ਦੇ ਕੋਈ ਡੈਥ ਹੁੰਦੀ ਤਾਂ 10 ਬੰਦੇ ਜਾ ਸਕਦੇ ਸਿਰਫ ਤੇ ਜੇ ਇਹਨਾਂ ਨੇ ਕੋਈ ਮੀਟਿੰਗਾਂ ਕਰਦੀਆਂ ਇਹਨਾਂ ਨੇ ਕੋਈ ਰੈਲੀਆਂ ਕਰਦੀਆਂ ਤਾਂ ਉੱਥੇ ਇਹਨਾਂ ਨੂੰ ਕੋਵਿਡ ਕੁਛ ਨਹੀਂ ਕਹਿੰਦਾ ਰਾਜਨੀਤੀ ਕਾਨੂੰਨ ਸਭਾਸਤੇ ਇੱਕ ਹੁੰਦਾ ਸਾਰਾ ਇੱਕ ਹੀ ਹੋਣਾ ਚਾਹੀਦਾ ਬਟ ਜੇ ਕਾਨੂੰਨ ਦਾ ਕੋਈ ਵੀ ਮਿਸਯੂਜ਼ ਕਰਦਾ ਚਾਹੇ ਉਹ ਮੈਂ ਕਰਦਾ ਚਾਹੇ ਤੁਸੀਂ ਕਰਦਾ ਤਾਂ ਉਹਦੇ ਨਹੀਂ ਹੋਣਾ ਚਾਹੀਦਾ ਉਹ ਇਹੋ ਜੀ ਸਥਿਤੀ 'ਚ ਜਿੱਥੇ ਇੱਕ ਮਹਾਮਾਰੀ ਫੈਲੀ ਹੋਈ ਹੈ ਜਿੱਥੇ ਕਿ ਲੋਕ ਹਰ ਥਾਂ ਤੇ ਇੱਕ ਦੂਜੇ ਕੋਲੇ ਜਾ ਵੀ ਨਹੀਂ ਸਕਦੇ ਹਰ ਥਾਂ ਤੇ ਮੌਤ ਹੋ ਰਹੀ ਹੈ ਹਰ ਇੱਕ ਜਗ੍ਹਾ ਤੇ ਮੌਤ ਹੋ ਰਹੀ ਹੈ ਲਾਸ਼ਾਂ ਦੀ ਗਿੰਦੀ ਤੱਕ ਆਪਾਂ ਨਹੀਂ ਕਰ ਰਹੇ ਆਪਣੇ ਮੁਲਕ ਦੀ ਤਰਾਸਦੀ ਹੈ ਲਾਸ਼ਾਂ ਕਿਵੇਂ ਤਰਦੀਆਂ ਫਿਰਦੀਆਂ ਨੇ ਜਾਂ ਉਹਨਾਂ ਨੂੰ ਨੋਚ ਨੋਚ ਕੁੱਤੇ ਜਾਨਵਰ ਖਾ ਰਹੇ ਨੇ ਤਾਂ ਉਹ ਬੜਾ ਉਸੇ ਟਾਈਮ ਤੇ ਰਾਜਨੀਤੀ ਕਰਨਾ ਜਾਂ ਕਾਨੂੰਨ ਤੋੜਨਾ ਚਾਹੇ ਉਹ ਕੋਈ ਵੀ ਬੰਦਾ ਹੈ ਚਾਹੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਬੰਗਾਲਚੰਨੀਆ ਰੈਲੀਆਂ ਕੀਤੀਆਂ ਉਹ ਸਭ ਗਲਤ ਹੈ ਸਰ ਉਦੇ ਤੇ ਤਾਂ ਕੋਈ ਵੀ ਨਹੀਂ ਕਹਿ ਸਕਦਾ ਵੀ ਲੋਕਾਂ ਨੂੰ ਤੁਸੀਂ ਕੱਲੇ ਕਿਸਾਨ ਧਰਨੇ 'ਚ ਕਰੋਨਾ ਹੋਊਾ ਰੈਲੀਆਂ 'ਚ ਨਹੀਂ ਹੋਊਾ ਫਿਰ ਤਾਂ ਉਹ ਗੱਲ ਹੋਗੀ। ਅੱਛਾ ਰਾਜਨੀਤੀ ਦੀ ਆਪਾਂ ਗੱਲ ਕਰਦੇ ਹਾਂ ਤੇ ਰਾਜਨੀਤੀ ਦੇ ਵਿੱਚ ਹੈ ਨਾ ਇਹਦੇ 'ਚ ਤੁਹਾਡੀ ਰੋਜ਼ਾਨਾ ਸਪੋਕਸਮੈਨ ਦੇ ਵਿੱਚ ਖਬਰ ਹੈ ਤੀਜੇ ਸਫੇ ਤੇ 2022 ਦੀਆਂ ਚੋਣਾਂ ਵੇਖ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗਣ ਦਾ ਢੋਂਗ ਕਰ ਰਹੇ ਹਨ ਕਾਂਗਰਸੀ ਹਰਪਾਲ ਚੀਮਾ ਹੋਰਾਂ ਨੇ ਕਿਹਾ। ਸਰ ਇਲੈਕਸ਼ਨ ਆ ਰਹੇ ਨੇ 2022 ਦੇ ਵਿੱਚ ਤੇ ਫਿਰ ਇਹ ਵੀ ਉਤਲ-ਪੁਤਲ ਹੁਣ ਬੜੀ ਹੋਣੀ ਆ। ਸਰ ਪੰਜਾਬ ਦੇ ਵਿੱਚ ਨਾ ਜਦੋਂ ਵੀ ਇਲੈਕਸ਼ਨਸ ਹੋਇਆ ਲਾਸਟ 6 ਮਹੀਨੇ ਜਾਂ ਸਾਲ ਕਦੇ ਵੀ ਬਹੁਤਾ ਵਧੀਆ ਨਹੀਂ ਲੰਘਿਆ ਤੁਸੀਂ ਲਾਸਟ ਇਲੈਕਸ਼ਨਾਂ ਯਾਦ ਕਰੋ ਤਲਵੰਡੀ ਬੰਬ ਬਲਾਸਟ ਹੋਇਆ ਸੀ ਕਾਫੀ ਬੰਦੇ ਮਾਰੇ ਗਏ ਸੀ ਕਾਫੀ ਮਾਰੇ ਗਏ ਉਸ ਤੋਂ ਪਹਿਲਾਂ ਵੀ ਹਰ ਸਾਲ ਕੁਝ ਨਾ ਕੁਝ ਹੁੰਦਾ ਰਿਹਾ ਜਦੋਂ ਵੀ ਇਲੈਕਸ਼ਨਸ ਹੁੰਦੀਆਂ ਤਾਂ ਮੈਂ ਪ੍ਰਮਾਤਮਾ ਅਗੇ ਪਹਿਲਾਂ ਤਾਂ ਇਹ ਅਰਦਾਸ ਕਰਾਂਗਾ ਕਿ ਇਸ ਸਾਲ ਸਾਰਿਆਂ ਵਾਸਤੇ ਵਧੀਆ ਟੱਗ ਨਾਲ ਨਿਕਲੇ ਦੂਸਰੀ ਗੱਲ ਇਹ ਬੇਅਦਬੀ ਦੇ ਮਾਮਲੇ ਤੇ ਰਾਜਨੀਤੀ ਇਹ ਬਹੁਤ ਵੱਡਾ ਇਹ ਵੀ ਇੱਕ ਗੁਨਾਹ ਹੈ ਇਹ ਵੀ ਇੱਕ ਪਾਪ ਹੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਪਾੜ-ਪਾੜ ਗੜੀਆਂ 'ਚ ਖਿਲਾਰ ਦਿੱਤਾ ਗਿਆ। ਐਦੋ ਵੱਡਾ ਪਾਪ ਕੋਈ ਨਹੀਂ ਹੋ ਸਕਦਾ। ਉਹ ਤੇ ਜਿਹੜੇ ਬੰਦੇ ਇਨਸਾਫ ਮੰਗ ਰਹੇ ਨੇ ਉਹ ਬਿਲਕੁਲ ਸਹੀ ਨੇ। ਪਰ ਹੋ ਕੀ ਰਿਹਾ ਹੈ? ਹਰ ਇੱਕ ਬੰਦਾ ਚਾਹੇ ਕੋਈ ਅਫਸਰ ਲਾਇਆ ਜਾਂਦਾ। ਚਾਹੇ ਉਹਦੇ ਵਿੱਚ ਕੋਈ ਸੱਟ ਬਣਾਈ ਜਾਂਦੀ ਹੈ। ਚਾਹੇ ਉਹਦੇ ਵਿੱਚ ਕਿਸੇ ਹੋਰ ਬੰਦੇ ਦਾ ਪੁਆਇੰਟ ਆਫ View ਲਾਇਆ ਜਾਂਦਾ। ਉਹ ਓਪਨਲੀ ਸਭ ਕੁਝ ਦੱਸ ਰਹੇ ਨੇ। ਜੀ। ਬਲਕਿ ਇਹ ਇੱਕ ਬਹੁਤ ਸੈਂਸਿਟਿਵ ਮੁੱਦਾ ਇੱਕ ਕੋਰਟ ਮੈਟਰ ਹੈ ਹਾਈ ਕੋਰਟ ਸੁਪਰੀਮ ਕੋਰਟ ਤੱਕ ਗੱਲਾਂ ਜਾ ਰਹੀਆਂ ਨੇ ਜਾਂ ਆਪਣੇ ਕੇਸ ਜਾ ਰਹੇ ਨੇ ਤਾਂ ਉਹਦੇ ਵਿੱਚ ਇਹ ਬਿਲਕੁਲ ਗੁਪਤ ਹੋਣਾ ਚਾਹੀਦਾ ਅਸਲ ਦੇ ਵਿੱਚ ਹੂੰ ਤਾਂ ਕਿ ਕੋਰਟ ਬਿਲਕੁਲ ਖੁੱਲੇ ਦਿਮਾਗ ਨਾਲ ਆਪਣਾ ਇੱਕ ਫੈਸਲਾ ਸੁਣਾ ਸਕੇ ਜੇ ਆਪਾਂ ਹਰ ਇੱਕ ਚੀਜ਼ ਦਾ ਹੀ ਖਲਾਰਾ ਪਾਈ ਜਾਵਾਂਗੇ ਦੇਖੋ ਕੁਝ ਦੇਸ਼ ਦੀਆਂ ਸਿਕਿਉਰਿਟੀ ਦੀਆਂ ਕੁਝ ਏਜੰਸੀਆਂ ਸੀਕ੍ਰੈਸੀ ਵੀ ਰੱਖਦੀਆਂ ਨੇ ਕੁਝ ਲੋਕਾਂ ਦੀ ਪੜ੍ਹਾਈ ਵਾਸਤੇ ਗੁਪਤ ਚੀਜ਼ਾਂ ਰੱਖਣੀਆਂ ਵੀ ਜ਼ਰੂਰੀਆਂ ਹੁੰਦੀਆਂ ਨੇ ਤੁਸੀਂ ਸੈੱਟ ਬਣਾਓ ਤੁਸੀਂ ਕਾਰਵਾਈ ਕਰੋ ਪਰ ਹਰ ਇੱਕ ਅਫਸਰ ਨੂੰ ਹਰ ਇੱਕ ਪੋਲੀਟੀਸ਼ੀਅਨ ਨੂੰ ਇਹ ਹਦਾਇਤ ਹੋਣੀ ਚਾਹੀਦੀ ਹੈ ਵੀ ਇਸ ਮਸਲੇ 'ਤੇ ਕੋਈ ਨਹੀਂ ਬੋਲੇਗਾ। ਹੂੰ ਕਿਉਂਕਿ ਜੇ ਕੋਈ ੜਕਾਉ ਬਿਆਨ ਵੀ ਦੇ ਦਿੰਦਾ ਹੈ ਉਹਦੇ ਨਾਲ ਵੀ ਮਾਹੌਲ ਖਰਾਬ ਹੋਣ ਦੀ ਉਮੀਦ ਹੈ। ਕੋਈ ਕਹਿੰਦਾ ਸੀ ਦੁਬਾਰੇ ਧਰਨਾ ਲਾਵਾਂਗੇ, ਮੋਰਚਾ ਲਾਵਾਂਗੇ। ਕੋਈ ਕਹਿੰਦਾ ਪ੍ਰੇਮੀ ਦੋਸ਼ੀ ਆ ਸੀ ਉਹਨਾਂ ਨੂੰ ਖਤਮ ਕਰਾਂਗੇ। ਤਾਂ ਉਹਦੇ ਨਾਲ ਮਾਹੌਲ ਵੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਇਲੈਕਸ਼ਨਾਂ ਵੇਲੇ ਤਾਂ ਜ਼ਿਆਦਾ ਹੋ ਜਾਂਦਾ। ਇਸ ਕਰਕੇ ਇਸ ਚੀਜ਼ ਤੇ ਆਪਣੀ ਖਾਸ ਕਰਕੇ ਪੰਜਾਬ ਦੀ ਸਰਕਾਰ ਨੂੰ ਹੀ ਫੈਸਲਾ ਕਰ ਦੇਣਾ ਚਾਹੀਦਾ ਹੈ ਵੀ ਕੋਈ ਵੀ ਬੇਇੱਜ਼ਤੀ ਦੇ ਮਾਮਲੇ ਤੇ ਕਿਸੇ ਵੀ ਟੀਵੀ ਸ਼ੋਅ ਤੇ ਡਿਬੇਟ ਨਹੀਂ ਹੋਏਗੀ ਕੋਈ ਵੀ ਇਸ ਤੇ ਬਹਿਸ ਨਹੀਂ ਕਰੇਗਾ ਜਾਂ ਫਾਲਤੂ ਜਾਂ ਕੋਈ ਵੀ ਬਿਆਨ ਨਹੀਂ ਦੇਗਾ ਚਾਹੇ ਕੋਈ ਅਫਸਰ ਸੱਟ ਦਾ ਹੀ ਮੈਂਬਰ ਹੈ ਸੱਟ ਦੇ ਮੈਂਬਰਾਂ ਦਾ ਜਾਂ ਦੂਜੇ ਬੰਦੇਆਂ ਦਾ ਕੰਮ ਕੀ ਹੈ ਤੁਸੀਂ ਰਿਪੋਰਟ ਬਣਾਓ ਤੁਸੀਂ ਇਨਵੈਸਟੀਗੇਸ਼ਨ ਕਰੋ ਤੁਸੀਂ ਐਫ ਆਈ ਆਰ ਕਰੋ ਤੁਸੀਂ ਬਿਆਨ ਦਰਜ ਕਰੋ ਔਰ ਕੋਰਟ ਨੂੰ ਦਿਓ ਨਾ ਕਿ ਮੀਡੀਆ 'ਚ ਜਾ ਕੇ ਤੁਸੀਂ ਪਪੂਲਰ ਹੋਣਾ ਉਹਦੇ ਨਾਲ ਤਾਂ ਹੋਰ ਜ਼ਿਆਦਾ ਉਹ ਮਾਹੌਲ ਖਰਾਬ ਹੋ ਜਾਂਦਾ ਨਾ ਹੁਣ 6 ਮਹੀਨੇ ਇਲੈਕਸ਼ਨਾਂ ਨੂੰ ਰਹਿ ਗਏ ਨੇ ਤੇ ਉਹਦੇ ਨਾਲ ਤਾਂ ਹੋਰ ਜਿਆਦਾ ਉਹ ਗਲਤ ਉਹਦਾ ਪ੍ਰਚਾਰ ਹੋ ਜਾਏਗਾ ਪਰ ਇੱਕ ਗੱਲ ਭਾਜੀ ਇਹ ਵੀ ਇਹ ਵੀ ਸਿੱਟ ਦੀ ਜੇ ਆਪਾਂ ਗੱਲ ਕਰੀ ਤਾਂ ਵਿਜੇ ਕੋਹਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਉਹਨਾਂ ਨੂੰ ਲੰਭ ਕਰਤਾ ਸਿੱਟ ਤੋਂ ਇੱਥੇ ਵੀ ਰਾਜਨੀਤੀ ਪਾਰੂ ਹੋ ਗਈ ਸਰ ਦੇਖੋ ਇੱਕ ਬੰਦਾ ਕਾਰਵਾਈ ਕਰ ਰਿਹਾ ਰਿਪੋਰਟਾ ਬਣਾ ਰਿਹਾ ਦੂਸਰੀ ਪਾਰਟੀ B ਪਾਰਟੀ ਹੈ ਕੋਈ C ਪਾਰਟੀ ਹੈ ਉਹਦੇ ਵਿੱਚ ਸਾਰਾ ਕੁਝ ਕੀ ਕਰਤਾ ਇਹਨਾਂ ਨੇ ਉਹ ਸੱਟ ਦੀ بجائے ਰਾਜਨੀਤਿਕ ਸੱਟ ਬਣਾਤੀ ਰਾਜਨੀਤਿਕ ਰਿਪੋਰਟ ਬਣਾਤੀ ਕਿ ਨਹੀਂ ਜੀ ਇਹ ਤਾਂ ਉਹਨਾਂ ਦਾ ਬੰਦਾ ਉਹ ਕਹਿ ਰਿਹਾ ਨਹੀਂ ਜੀ ਉਹਨਾਂ ਦਾ ਬੰਦਾ ਹੈ ਨਹੀਂ ਜੀ ਇਹ ਤਾਂ ਸਾਡੇ ਖਿਲਾਫ ਇਹ ਦੇਗਾ ਤਾਂ ਆਪਾਂ ਨੂੰ ਇਹ ਸਾਰੀਆਂ ਗੱਲਾਂ ਨੂੰ ਪਰੇ ਕਰਕੇ ਜੋ ਮਾਨਯੋਗ ਅਦਾਲਤ ਹੈ ਉਹਦੇ ਤੇ ਤਾਂ ਵਿਸ਼ਵਾਸ ਰੱਖਣਾ ਬੂ ਆਖਿਰਕਾਰ ਆਪਾਂ ਸਾਰੇ ਉੱਥੋਂ ਮੰਨਦੇ ਆ ਉੱਥੀ ਅਦਾਲਤ 'ਚ ਜਾਂਦੇ ਆ ਅਦਾਲਤ ਦਾ ਜੋ ਆਪਾਂ ਨੂੰ ਆਰਡਰ ਆਇਆ ਉਸ ਦੇ ਮੁਤਾਬਕ ਹੀ ਆਪਾਂ ਨੂੰ ਮੰਨਣਾ ਜਾਂ ਪੜਨਾ ਚਾਹੀਦਾ ਜਾਂ ਅੱਗੇ ਵਧਣਾ ਚਾਹੀਦਾ ਤਾਂ ਕਿਸੇ ਅਫਸਰ ਨੇ ਮਿਹਨਤ ਕੀਤੀ ਕਿਸ ਨੇ ਕੱਟ ਕੀਤੀ ਵੱਧ ਕੀਤੀ ਤਾਂ ਹੋ ਸਕਦਾ ਉਹ ਸਹੀ ਕਹਿ ਰਿਹਾ ਹੋਵੇ ਹੋ ਸਕਦਾ ਦੂਸਰਾ ਬੰਦਾ ਸਹੀ ਕਹਿ ਰਿਹਾ ਹੋਵੇ ਤਾਂ ਉਹ ਤਾਂ ਜਦੋਂ ਇੱਕ ਫੈਸਲਾ ਆਏਗਾ ਅਦਾਲਤ ਦਾ ਇਹ ਕੇਸ ਅਜੇ ਕਿੰਨਾ ਲੰਬਾ ਚੱਲੇਗਾ ਹਜੇ ਇਸ ਦਾ ਕੁਝ ਪਤਾ ਨਹੀਂ ਹੈ ਤਾਂ ਜੋ ਵੀ ਦੋਸ਼ੀ ਹੈ ਉਹਨਾਂ ਨੂੰ ਪਰਮਾਤਮਾ ਸਜ਼ਾ ਦੇ ਦੇਗਾ ਪਰ ਇਸ ਤੇ ਜੋ ਬਿਆਨਬਾਜ਼ੀ ਕਰਕੇ ਮਾਹੌਲ ਖਰਾਬ ਕਰ ਦਿੱਤਾ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਉਹ ਇਹਨੂੰ ਗੁਪਤ ਰੱਖਣਾ ਚਾਹੀਦਾ ਇੱਕ ਬਹੁਤ ਸੈਂਸਿਟਿਵ ਮੈਟਰ ਹੈ ਇਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਬਲੁੰਦਰੀਆਂ ਜਾਂਦੀਆਂ ਨੇ ਲੋਕ ਭੜਕ ਉੱਠਦੇ ਨੇ ਇਸ ਸੈੱਟ ਵੀ ਬਣਾਉਣੀ ਹੈ ਜੇ ਕੋਈ ਵੀ ਅਫਸਰ ਕਰੇ ਕਾਰਵਾਈ ਪਰ ਉਹ ਉਹਦਾ ਗੁਪਤ ਤਰੀਕੇ ਨਾਲ ਕਰੇ ਸੈੱਟ ਵਾਲੇ ਬੰਦਿਆਂ ਦਾ ਨਾਮ ਵੀ ਨਹੀਂ ਦੱਸਣਾ ਚਾਹੀਦਾ ਇਹ ਪਬਲਿਕਲੀ ਨਾਮ ਕਰ ਦਿੰਦੇ ਫਿਰ ਉਹਨਾਂ ਤੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ ਬਿਲਕੁਲ ਇਹ ਗੱਲ ਜਿਹੜੀ ਹੈ ਰੁਪਿੰਦਰ ਜੀ ਨੇ ਗੱਲ ਕੀਤੀ ਹੈ ਕਿ ਸੈੱਟ ਦਾ ਨਾਮ ਵੀ ਜਿਹੜਾ ਆ ਉਹ ਪਬਲਿਸ਼ ਨਹੀਂ ਕਰਨਾ ਚਾਹੀਦਾ ਜਨਤਕ ਨਹੀਂ ਕਰਨਾ ਚਾਹੀਦਾ ਕਿਉਂਕਿ ਫਿਰ ਉਹਨਾਂ ਤੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ ਵੀ ਤੁਸੀਂ ਆ ਨਹੀਂ ਕਰਨਾ ਤੁਸੀਂ ਉਹ ਨਹੀਂ ਕਰਨਾ ਤੇ ਇਹ ਇਹਦਾ ਨੀਤੀ ਜਿਹੜੀ ਰੂਪ ਲੈ ਲੈਂਦੀ ਬਾਕੀ ਗੱਲ ਇਹ ਜਿਹੜੀ ਹੁਣ ਗੁਰੂ ਗ੍ਰੰਥ ਸਾਹਿਬ ਦੀ ਹੁਣ ਮੁੱਦੇ ਨੂੰ ਇਹ ਨਹੀਂ ਹੋਣਾ ਚਾਹੀਦਾ ਇੱਕ ਰੁਪਿੰਦਰ ਜੀ ਨੇ ਗੱਲ ਕੀਤੀ ਸੀਗੀ ਕਿ ਸਰਹੱਦਾਂ 'ਤੇ ਪਤਾ ਕਰੋ ਤਣਾਅ ਹੈ ਕਿਆ ਪਤਾ ਕਰੋ ਨਜ਼ਦੀਕ ਚੋਣ ਹੈ ਕਿਆ ਚੋਣ ਜਦੋਂ ਨੇੜੇ ਹੁੰਦੇ ਨੇ ਰਾਹਤ ਤੰਦੋਰੀ ਸਾਹਿਬ ਦਾ ਇਹ ਸ਼ੇਅਰ ਹੈ ਤਾਂ ਮੇਰਾ ਖਿਆਲ ਹੈ ਵੀ ਉਦੋਂ ਫਿਰ ਐਦਾਂ ਦੀਆਂ ਗੱਲਾਂ ਜਿਹੜੀਆਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਖੁੱਡਾਂ ਤੋਂ ਨਿਕਲ ਕੇ ਆਣੀਆਂ ਸ਼ੁਰੂ ਹੋ ਜਾਂਦੀਆਂ ਐ ਖਬਰਾਂ ਬਹੁਤ ਹੁੰਦੀਆਂ ਉਹਨਾਂ ਤੇ ਚਰਚਾ ਅਸੀਂ ਜਿੰਨੀ ਮਰਜ਼ੀ ਕਰ ਲਈਏ ਪਰ ਦੇਖੋ ਸਮਾਂ ਇੱਕ ਹੀ ਹੁੰਦਾ ਹੈ ਰੁਪਿੰਦਰ ਜੀ ਤੇ ਅੱਜ ਦਾ ਸਮਾਂ ਜਿਹੜਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਅਖਬਾਰਾਂ ਦੀਆਂ ਖਬਰਾਂ ਦੇ ਉੱਤੇ ਹੋਰ ਚਰਚਾ ਕਰੀਏ ਕੱਲ ਫੇਰ ਮਿਲਾਂਗੇ ਉਦੋਂ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਿਸਮਿਲ